ਨਿਹਰਪ੍ਰਿਤ ਲਿਆ ਚਾਹ ਗਟ ਹਾਂ ਲੰਮੀ ਬੈ ਜਾ ਕੌਦੋਂ ਦੀ ਚਾਹ ਢਿੱਕੀ ਆਣੀ ਆ ਮੈਂ ਤਾਂ ਬਸ ਮੰਮੀ ਬਣਨ ਤੇ ਟਾਈਮ ਲੱਗ ਗਿਆ ਅੱਛਾ ਤੇ ਹਮਨਿੰਦਰ ਕਿੱਥੇ ਹੈਗੀ ਇੱਥੇ ਹੋਣਗੇ ਦੀਦੀ ਲੈ ਵੇਖ ਲੈ ਕੱਲ ਦੇ ਕੱਪੜੇ ਝੋਤੇ ਵੇ ਹੈਗੇ ਹਜੇ ਤੱਕ ਉਹਨੇ ਸੁੱਕੜੇ ਨਹੀਂ ਪਏ ਵੀ ਮਾਣੀ ਮੁੱਟੀ ਹਵਾ ਲੰਘ ਜੂਗੇ ਉਹਨਾਂ ਵਿੱਚ ਦੀ ਪਾ ਦਾਂਗੇ ਮੰਮੀ ਕੰਮ ਹੀ ਕਰਦੇ ਫਿਰਦੇ ਹੋਣਗੇ ਨਹੀਂ ਕੀ ਉਹਨੇ ਕੰਮ ਕਰਨਾ ਆ ਜਲ ਜਲ ਕਰਦੀ ਰਹਿੰਦੀ ਹੈਗੀ ਉਹਦੇ ਤੋਂ ਕੋਈ ਕੰਮ ਨਹੀਂ ਬਣਦਾਗਾ ਕੋਈ ਨਾ ਮਮੀ ਕਰਦੇ ਰਹਿੰਦੇ ਮੈਂ ਤਾਂ ਜੇ ਦੇਖਦੇ ਕੰਮ ਹੀ ਕਰਦੇ ਜਦੋਂ ਵੀ ਦੇਖਦਾ ਕੰਮ ਕੋਈ ਨਹੀਂ ਪੂਰ ਚੜਦਾ ਉਹ ਤਾਂ ਜਿਹੜੇ ਕੰਮ ਨੂੰ ਹੱਥ ਪਾ ਲੈਂਦੀ ਆ ਸ਼ਾਮ ਤੱਕ ਉਸੇ ਤੇ ਲੱਗੀ ਰਹਿੰਦੀ ਹੈਗੀ ਸਰ ਕੋਈ ਨਾ ਤੁਸੀਂ ਨਾ ਐਵੇਂ ਬੋਲਿਆ ਕਰੋ ਨਹੀਂ ਬੋਲਣਾ ਪੈਂਦਾ ਮੈਨੂੰ ਹੁਣ ਜੇ ਮੈਂ ਇਹਨੂੰ ਕੁਝ ਸੁਣਾ ਕਹਾ ਤਾਂ ਉਹ ਜਮਾ ਕੰਮ ਨਹੀਂ ਕਰਨਾ ਉਹਨੇ ਸਰ ਹੁਣ ਤੁਸੀਂ ਪੁੱਛ ਲਓ ਕੀ ਕਰੀ ਜਾਂਦੇ ਨੇ ਬਲਾਈਓ ਨਹੀਂ ਮਣੀਂਦਰ ਹੁਣ ਇੱਥੇ ਕੀ ਕਰੀ ਜਾਣੀ ਅੰਦਰ ਬਾਹਰ ਵੀ ਗੱਲ ਸੁਣ ਲੈ ਨਹੀਂ ਤੈਨੂੰ ਸੁਣਦਾ ਕਿ ਨਹੀਂ ਕੁਛ ਹਾਂਜੀ ਮੰਮੀ ਹਾਂਜੀ ਮੰਮੀ ਨਾ ਕੱਪੜੇ ਸੁੱਕਣੇ ਪਾ ਦੇ ਮੰਮੀ ਉਹੀ ਪਹੁੰਚ ਜਾਂਦੀ ਸੀ ਪਹਿਲੇ ਮੈਂ ਝਾੜੂ ਕੱਢੀ ਆਂਦੀ ਸੀ ਅੰਦਰ ਸਵੇਰ ਦਾ ਤਾਂ ਇੱਥੋਂ ਝਾੜੂ ਨਹੀਂ ਨਿਕਲੇਗਾ ਨਾਲੇ ਹਜੇ ਰੋਟੀ ਬਣਾਉਣੀ ਆਲੀ ਪਈ ਆ ਉਹ ਵੀ ਨਹੀਂ ਤੂੰ ਬਣਾਈਗੀ ਬਸ ਮੰਮੀ ਕੱਪੜੇ ਪਾ ਕੇ ਫੇਰ ਰੋਟੀ ਬਣਾਉਣੀ ਆ ਸਾਰੀ ਦਿਹਾੜੀ ਜੰਲ ਜੰਲੀ ਕਰੀ ਜਾਂਦੀ ਰਹਿੰਦੀ ਆ ਕੋਈ ਕੰਮ ਵੀ ਕਰ ਲਿਆ ਕਰ ਕੋਈ ਗੱਲ ਨਹੀਂ ਮੰਮੀ ਬਣਾ ਦੇਣੀ ਆ ਰੋਟੀ ਬਣਾ ਦੇਣੀ ਆਗੀ ਜਾ ਪਾਲਾ ਕੱਪੜੇ ਸੁੱਕਣੇ ਕਿੱਥੋਂ ਲਹੂ ਪੀਤਾ ਨੇ ਮੰਮੀ ਤੁਸੀਂ ਐਵੇਂ ਬੋਲਦ ਰਹੇ ਨੇ ਦੀਦੀ ਨੂੰ ਗੱਲ ਗੱਲ ਤੇ ਹਰਪ੍ਰੀਤ ਤੈਨੂੰ ਨਹੀਂ ਪਤਾ ਮੈਂ ਇਹਨੂੰ ਕਿਉਂ ਬੋਲਦੀ ਆਗੀ ਇਹਨੇ ਅੱਜ ਤੱਕ ਕੀਤਾ ਕੀ ਹੈਗਾ ਜਦੋਂ ਇਹਦਾ ਵਿਆਹ ਹੋਇਆਗਾ ਹੈ 6 ਮਹੀਨੇ ਫੇਰ ਨਹੀਂ ਅਸੀਂ ਲੋਹੜੀ ਮਨਾਈ ਹੈ ਫੇਰ ਉਦੋਂ ਬਾਅਦ ਆਇਆ ਸੋਈ ਵਿਚਾਲ ਆਉਂਦੇ ਸਿਆਲ ਨੂੰ ਕੋਈ ਮੁੰਡਾ ਹੋ ਜਾਊਗਾ ਪੋਤਾ ਹੋ ਜਾਊ ਮੇਰੇ ਉਹਦੀ ਲੋਹੜੀ ਬਣਾਵਾਂਗੇ ਹੈ ਆ ਪੱਥਰ ਮੱਥੇ ਮਾਰਿਆ ਸਾਡੇ ਫੇਰ ਮੰਮੀ ਇਹ ਤੇ ਦੀਦੀ ਦੀ ਕੀ ਗਲਤੀ ਇਹ ਤਾਂ ਰੱਬ ਦੀ ਦੇਣ ਹੈ ਰੱਬ ਦੀ ਦੇਣ ਤਾਂ ਹੈਗੀ ਆ ਪਰ ਇਹ ਥੋਤੇ ਖੁਰਾਂ ਵਾਲੀ ਜਦੋਂ ਸਾਡੇ ਘਰੇ ਆਈ ਨਾ ਸਾਡਾ ਸਾਰਾ ਘਰ ਮੁੱਦਾ ਕਰਤਾ ਇਹਨੇ ਨਹੀਂ ਮੰਮੀ ਤੁਸੀਂ ਐਵੇਂ ਨਾ ਗੋਲਿਆ ਕਰੋ ਤੇ ਵਿਚਾਰੀ ਦੀਦੀ ਕੁਝ ਵੀ ਨਹੀਂ ਬੋਲਦੀ ਸੁਣਦੀ ਰਹਿੰਦੀ ਆ ਤੁਹਾਡੀ ਮੈਂ ਤਾਂ ਉਹਨੂੰ ਕੁਝ ਨਹੀਂ ਬੋਲਦੀ ਪਰ ਇਹਨੂੰ ਚਾਜ ਵੀ ਹੋਣਾ ਚਾਹੀਦਾ ਕੰਮ ਧੰਦਾ ਕਰਨ ਦਾ ਨਾ ਬੁਲਾਵੇ ਮੈਨੂੰ ਮੇਰਾ ਕਿਹੜਾ ਜੀ ਕਰਦਾ ਮੈਂ ਇਹਨੂੰ ਬੋਲਾ ਜਦੋਂ ਇਹ ਹਰਕਤਾਂ ਇਹ ਜਿਹਾ ਕਰਦੀਆਂ ਫਿਰ ਮੈਨੂੰ ਗੁੱਸਾ ਚੜਦਾ ਇੱਥੇ ਮੰਮੀ ਤੁਸੀਂ ਦੀਦੀ ਨੂੰ ਐਵੇਂ ਕਾ ਤੋ ਬੋਲੀ ਨਾ ਵਿਚਾਰੇ ਸਵੇਰ ਦੇ ਉੱਠੇ ਹੋਏ ਨੇ ਸਾਰਾ ਕੰਮ ਕਰੀ ਜਾਂਦੇ ਨੇ ਫੇਰ ਵੀ ਤੁਸੀਂ ਬੋਲੀ ਜਾਂਦੇ ਓਹਨਾਂ ਨੂੰ ਪੁੱਤ ਤੈਨੂੰ ਨਹੀਂ ਪਤਾ ਮੈਂ ਜਾਣਦੀ ਆ ਇਹਨੂੰ ਆ ਜਿੱਦੇ ਦੀ ਸਾਡੇ ਘਰੇ ਵਿਆਹ ਕੇ ਆਈ ਹੈ ਨਾ ਸਾਡਾ ਸਾਰਾ ਘਰ ਮੁੱਦਾ ਮਾਰਤਾ ਨਾ ਤਾਂ ਅਸੀਂ ਕੋਈ ਤਿਆਰ ਬਣਾਇਆ ਚੱਜ ਨਾਲ ਜਦੋਂ ਪਹਿਲੀ ਲੋੜੀ ਆਈ ਉਹਦਾ ਮਾਪਿਓ ਮਰ ਗਿਆ ਹੈ ਉਹ ਅਸੀਂ ਐ ਬੈਠ ਕੇ ਚੁੱਪ ਕਰਕੇ ਵੀ ਚੱਲ ਕੋਈ ਨਹੀਂ ਆਉਂਦੀ ਲੋੜੀ ਨੂੰ ਕਰਾਂਗੇ ਆ ਫੇਰ ਐਂ ਅਸੀਂ ਚੱਲ ਜਵਾਕੋ ਨਾਲ ਹੋ ਗਿਆ ਵੀ ਪੋਤਾ ਹੋਊਗਾ ਹੈ ਉਹ ਵੀ ਆ ਪੱਥਰ ਮਾਰਿਆ ਮੱਥੇ ਇਨੇ ਸਾਨੂੰ ਕੋਈ ਤਿਹਾਰ ਨਹੀਂ ਮਨਾਉਣ ਦਿੱਤਾਗਾ ਹੁਣ ਤਾਂ ਪੁੱਤ ਮੈਨੂੰ ਤੇਰੇ ਤੇ ਆਸਾਂ ਨਹੀਂ ਕੋਈ ਨਾ ਮੰਮੀ ਤਿਹਾਰ ਤਾਂ ਆਉਂਦੇ ਜਾਂਦੇ ਰਹਿੰਦੇ ਆਪਾਂ ਨੂੰ ਪਰਿਵਾਰ ਤੇ ਸੁੱਖ ਸ਼ਾਂਤੀ ਚਾਹੀਦੀ ਆ ਸਹੀ ਗੱਲ ਆ ਪੁੱਤ ਹੁਣ ਤਾਂ ਆਪਾਂ ਨੂੰ ਖੁਸ਼ੀਆਂ ਖੁਸ਼ੀਆਂ ਨੇ ਵੇਖ ਤੇਰਾ ਵਿਆਹ ਹੋ ਗਿਆ ਵਧੀਆ ਹੁਣ ਆਪਾਂ ਆਉਂਦੀ ਲੋੜੀ ਪੂਰੀ ਵਧੀਆ ਬਣਾਵਾਂਗੇ ਹੈ ਫਿਰ ਉਸ ਤੋਂ ਬਾਅਦ ਪੋਤਾ ਹੋਊ ਮੇਰੇ ਫਿਰ ਪੋਤੇ ਦੀ ਲੋੜੀ ਬਣਾਵਾਂਗੇ ਆਪਾਂ ਹਾਂਜੀ ਮੰਮੀ ਚਲੋ ਤੁਸੀਂ ਚਾਹ ਪਿਓ ਮੈਂ ਦੀਨ ਨਾਲ ਕੰਮ ਕਰਵਾਦਾ ਚੱਲ ਚੰਗਾ ਜਾ ਕਰਾ ਲੈ ਕੰਮ ਠੀਕ ਐ ਮੰਮੀ ਲੈ ਵੇਖ ਲੈ ਇੱਕ ਤਾਂ ਮੇਰੀ ਆਨੂ ਆ ਕਿੰਨੀ ਚੰਗੀ ਤੇ ਕਿੰਨੀ ਸਿਆਣੀ ਆ ਤੇ ਇੱਕ ਉਹ ਆ ਤੋਤੇ ਖੁਰਾਂ ਵਾਲੀ ਸਾਡਾ ਸਾਰਾ ਘਰੀ ਮੁੱਦਾ ਮਾਰ ਕੇ ਰੱਖਦਾ ਮਨੰਦਰਾ ਉਹ ਇੱਥੇ ਅੰਦਰ ਬੜੀ ਬੈਠੀ ਐ ਕੋਈ ਚਾਹ ਪਾਣੀ ਪਿਆ ਦੇ ਯਾਰ ਹਾਂ ਹਾਂਜੀ ਹਾਂਜੀ ਬਣਾ ਦੇਣੀ ਆ ਨਾਲੇ ਤੈਨੂੰ ਕੀ ਹੋ ਗਿਆ ਕਾਹ ਤੋਂ ਰੋਂਣ ਪਿੱਟਣ ਪਾਇਆ ਹਣਾ ਨਹੀਂ ਕੁਛ ਨਹੀਂ ਹੋਇਆ ਹੋਣਾ ਤਾਂ ਕੀ ਆ ਫੇਰ ਵੀ ਦੱਸ ਦੇ ਕੀ ਹੋ ਗਿਆ ਤੁਹਾਨੂੰ ਪਤਾ ਅੱਜ ਮੰਮੀ ਕਿੰਨਾ ਕੁਝ ਬੋਲੇ ਮੈਨੂੰ ਕਿਆ ਮੰਮੀ ਨੇ ਹੀ ਕਿਹਾ ਤਾਂ ਅੱਜ ਮੰਮੀ ਹਰਪੀ ਦੇ ਕੋਲ ਗੱਲਾਂ ਕਰੀ ਜਾਂਦੇ ਸੀ ਮੰਮੀ ਨੂੰ ਤਾਂ ਐ ਸੀਗਾ ਇਹਨੂੰ ਕਿਹੜਾ ਸੁਣਦਾ ਮੈਨੂੰ ਤਾਂ ਸਾਰਾ ਕੁਝ ਹੀ ਸੁਣੀ ਆਂਦਾ ਸੀ ਮੰਮੀ ਉਹਨੂੰ ਕਹਿੰਦੇ ਜਿੱਦੇ ਦੀ ਇਹ ਆਈ ਹੈ ਨਾ ਅਸ ਤਾਂ ਕੋਈ ਤਿਹਾਰ ਨਹੀਂ ਬਣਾ ਕੇ ਦੇਖਿਆ ਕਹਿੰਦੀ ਕਹਿੰਦੀ ਸਾਡਾ ਸਾਰਾ ਘਰ ਹੀ ਮੁੱਦਾ ਮਾਰਤਾ ਐ ਜਿੱਦੇ ਦੀ ਆਈ ਹੈ ਕਹਿੰਦੀ ਜਦੋਂ ਵਿਆਹ ਕੇ ਆਈ ਇਹਦਾ ਮਾਂ ਪਿਓ ਮੁੱਕ ਗਏ ਕਹਿੰਦੀ 6 ਮਹੀਨੇ ਬਾਅਦ ਮੈਨੂੰ ਐਂ ਦੱਸੋ ਮੈਂ ਚਾਹੁੰਦੀ ਸੀ ਵੀ ਮੇਰੇ ਮਾਂ ਪਿਓ ਮੁੱਕ ਜੇ ਨਾਲੇ ਮੇਰੇ ਕੋਲ ਤਾਂ ਇਕੱਲੇ ਉਹੀ ਸੀ ਕੋਈ ਭੈਣ ਨਹੀਂ ਸੀ ਕੋਈ ਭਰਾ ਨਹੀਂ ਸੀ ਮੇਰੀ ਗੱਲ ਸੁਣ ਤੂੰ ਤੂੰ ਕਿਹੜਾ ਯਾਰ ਫੜਕੇ ਮਾਰਤੇ ਹੋ ਚੱਲ ਕੋਈ ਨਹੀਂ ਉਹਨਾਂ ਦੀ ਜਿੰਨੀ ਲਿਖੀ ਸੀ ਹਨਾ ਉਹਨੀ ਉਹਨਾਂ ਨੇ ਭੋਗ ਲਈ ਤੂੰ ਕਿਹੜਾ ਚਾਹੁੰਦੀ ਸੀ ਵੀ ਉਹ ਮਰ ਜਾਣਾ ਉਹੀ ਤਾਂ ਯਾਰ ਤੀਆਂ ਤਾਂ ਮਾਂ ਪਿਓ ਸਭ ਤੋਂ ਜਿਆਦੇ ਪਿਆਰੇ ਹੁੰਦੇ ਆ ਨਾਲੇ ਮੇਰੇ ਕੋਲ ਤਾਂ ਉਹੀ ਸੀ ਮੈਨੂੰ ਪਤਾ ਨਾ ਮੈਨੂੰ ਕਿੰਨਾ ਦੁੱਖ ਕੋਈ ਨਹੀਂ ਸਮਝ ਸਕਦਾ ਇਸ ਗੱਲ ਨੂੰ ਉਹ ਮੈਂ ਸਮਝਦਾ ਨਾ ਮੰਮੀ ਨਹੀਂ ਸਮਝਦੀ ਨਾ ਸਮਝੇ ਇਹ ਬੁੜੀਆਂ ਹੀ ਬੁੜੀਆਂ ਦੀਆਂ ਬੈਰੀ ਹੁੰਦੀਆਂ ਮੈਂ ਤੈਨੂੰ ਦੱਸਦਾ ਉਹ ਤਾਂ ਗੱਲ ਚਲ ਠੀਕ ਹੈ ਉੱਤੋਂ ਕਹਿੰਦੇ ਕਹਿੰਦੇ ਅਗਲੇ ਸਾਲਾ ਪੱਥਰ ਮੱਥੇ ਮਾਰਿਆ ਮੈਨੂੰ ਮਰਤੀ ਬਹੁਤ ਪਿਆਰੀ ਆ ਮੈਂ ਨਹੀਂ ਸੁਣ ਸਕਦੀ ਇਹਨੂੰ ਕੋਈ ਪੱਥਰ ਕਹੇ ਉਹ ਨਹੀਂ ਕੁੜੀਆਂ ਤਾਂ ਅੱਜ ਕੱਲ੍ਹ ਚੰਨ ਤੇ ਪਹੁੰਚੀਆਂ ਪਈਆਂ ਆ ਮੈਂ ਆਪਣਾ ਤਾਂ ਸਾਰਿਆਂ ਨੂੰ ਪਿਆਰਾ ਪੁੱਤ ਐ ਇਹ ਮੁੰਡਿਆਂ ਤੋਂ ਵੀ ਉੱਤੇ ਐ ਮੈਨੂੰ ਤਾਂ ਇਹ ਪਰ ਮੰਮੀ ਨਹੀਂ ਸਮਝਦੇ ਨਾ ਇਸ ਗੱਲ ਨੂੰ ਮੰਮੀ ਕਹਤੋਂ ਇਹਨੇ ਵਿਤਕਰਾ ਕਰਦੇ ਆ ਚਲ ਜੇ ਹੋ ਵੀ ਗਈ ਉਹ ਤਾਂ ਰੱਬ ਦੀ ਦੇਣਾ ਆਪਣੇ ਹੱਥ ਤਾਂ ਨਹੀਂ ਹੈਗਾ ਵੀ ਆਪਾਂ ਮੁੰਡਾ ਲੈਣਾ ਕਿ ਕੁੜੀ ਉਹ ਵਿਤਕਰਾਦਾ ਹੁਣ ਯਾਰ ਇਹ ਪੁਰਾਣੀ ਸੋਚ ਆ ਕੁੜੀਆਂ ਦੀ ਹੈ ਇਹਨਾਂ ਨੇ ਤਾਂ ਉਸ ਹਸਾਬ ਨਾਲ ਹੀ ਜਿਣਾ ਜਿਹੜੇ ਹਸਾਬ ਨਾਲ ਇਹ ਰਹਿਣਗੀਆਂ ਆਪਣੀ ਜਦੋਂ ਦੋਨਾਂ ਦੀ ਅੰਡਰਸਟੈਂਡਿੰਗ ਆ ਨਾ ਆਪਾਂ ਫਿਰ ਆਪਦੇ ਹਿਸਾਬ ਨਾਲ ਚੱਲਾਂਗੇ ਯਾਰ ਹਾਂਜੀ ਇਹ ਤਾਂ ਹੈ ਪਰ ਮੈਨੂੰ ਬਹੁਤ ਬੁਰਾ ਲੱਗਿਆ ਮੇ ਮੰਮੀ ਇਤਾਂ ਬੋਲੇ ਮੈਨੂੰ ਉਹ ਜਦਾਂ ਇਹ ਤਾਂ ਵੱਡੇ ਬੰਦਾ ਬੋਲੀ ਆ ਨਾ ਹੁੰਦਾ ਇੰਨਾ ਨਹੀਂ ਗੁੱਸਾ ਕਰਦੇ ਹੁੰਦੇ ਹੈ ਚੁੱਪ ਕਰ ਹੁਣ ਤੂੰ ਚਾਹ ਪਾਣੀ ਪੀ ਲੈ ਕੋਈ ਬਣਾ ਕੇ ਲੈ ਵੇਖ ਰੱਬ ਨੇ ਵੀ ਇਤਾਂ ਠੰਡ ਇੰਨੀ ਕਰ ਰੱਖੀ ਹੈਗੀ ਜਮਾਨੇ ਕਿਸੇ ਕੰਮ ਨੂੰ ਜੀ ਕਰਦਾਗਾ ਪਤਾ ਨਹੀਂ ਕੀ ਕਿਵੇਂ ਆ ਮਾਤਾ ਠੀਕ ਐ ਮੈਂ ਤਾਂ ਤੂੰ ਦੱਸ ਕਿਵੇਂ ਐ ਠੀਕ ਐ ਕਿਵੇਂ ਐ ਜੇ ਬੈਠੀ ਆ ਬਾਹਰ ਬੇ ਉਹੀ ਬੈ ਗਈ ਮੈਂ ਤਾਂ ਹੁਣ ਬਿਸਤਰੇ 'ਚ ਵੀ ਨਹੀਂ ਪਿਆ ਜਾਂਦਾਗਾ ਮੈਂ ਚੱਲ ਬਾਹਰ ਬੈ ਜਾਣੀ ਆ ਤੇ ਬਾਹਰ ਦੂ ਠੰਡ ਲੱਗਦੀ ਹੈਗੀ ਠੰਡ ਤਾਂ ਲੱਗਦੀ ਆ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਮੈਂ ਕਿਹਾ ਮਨਿੰਦਰ ਅੱਗੇ ਰੋਈ ਜਾਂਦੀ ਸੀ ਤੁਸੀਂ ਮਾੜਾ ਮोटा ਹਿਸਾਬ ਨਾਲ ਬੋਲ ਪਿਆ ਕਰੋ ਉਹਨੂੰ ਕਿਉਂ ਮੈਂ ਉਹਨੂੰ ਦੱਸ ਕੀ ਕਹਤਾ ਉਹ ਕਹਿੰਦੀ ਆ ਕਿ ਮੈਨੂੰ ਮੇਰੇ ਪੇਕੇਆਂ ਦੇ ਮਿਹਨੇ ਮਾਰ ਜੀ ਤੇਰੇ ਮਾਂ ਪਿਓ ਮਰ ਗਏ ਫਲਾਣਾ ਤੇ ਉਹ ਚੱਲ ਮਰ ਗਏ ਉਹਨਾਂ ਦੀ ਜਿੰਨੀ ਲਿਖੀ ਸੀ ਭੋਗ ਲਈ ਉਹਨਾਂ ਨੇ ਆਹੋ ਮੈਂ ਮੇਨੇ ਮਾਰਦੀ ਆਂ ਮੈਂ ਤਾਂ ਸੱਚ ਹੀ ਕਿਹਾ ਝੂਠ ਤਾਂ ਨਹੀਂ ਕਿਹਾ ਕੁਛ ਉਹ ਸੱਚ ਤਾਂ ਕਿਹਾ ਫਿਰ ਉਹਨੇ ਕਿਹੜਾ ਫਾਹਾ ਪਾ ਕੇ ਮਾਰਤੇ ਉਹ ਨਾ ਮੇਰੀ ਗੱਲ ਸੁਣ ਸਾਰੇ ਚਾਲਾੜ ਤਾਂ ਆਪਣੇ ਰੁਲ ਗਏ ਹੈ ਹੈ ਪਿਆ ਕੇ ਆਈਵਾਂਗੇ 6 ਮਹੀਨੇ ਬਾਅਦ ਮਾਪਿਓ ਮਰ ਗਿਆ ਫਿਰ ਉਹਨੂੰ ਆਇਆ ਹੋਇਆ ਵੀ ਚਲ ਕੋਈ ਫੇਰ ਤਿਆਰ ਬਣਾਵਾਂਗੇ ਸਾਲ ਬਾਅਦ ਵੀ ਕੋਈ ਪੁੱਤ ਪੋਤਾ ਹੋਊਗਾ ਤੇ ਆਹ ਮਾਰਿਆ ਮੱਥ ਪੱਥਰ ਨੇ ਮੱਥੇ ਉਹ ਪੱਥਰ ਕੋਈ ਨਹੀਂ ਮੇਰੀ ਧੀ ਦਾ ਮੈਨੂੰ ਚੰਨ ਦਾ ਟੁਕੜਾ ਨਾਲੇ ਉਹ ਤਾਂ ਪਹਿਲਾਂ ਉਧਰੋਂ ਔਖੀ ਐ ਉਧਰੋਂ ਹੁਣ ਤੂੰ ਸਾਹ ਦੇਣ ਦੀ ਬਜਾਏ ਉਹਨੂੰ ਹੌਸਲਾ ਦੇਣ ਦੀ ਬਜਾਏ ਮੇਹਣੇ ਮਾਰਦੀ ਆਂ ਮਾਤਾ ਇਹ ਕਿ ਆਹੋ ਤੈਨੂੰ ਤਾਂ ਮਿਹਣੇ ਲੱਗਣੀਆਂ ਤੂੰ ਭਾਵੇਂ ਜਦੋਂ ਤਾਂ ਮਗਰ ਲੱਗਿਆ ਵਿਆਂਗਾ ਉਹ ਮਗਰ ਨਹੀਂ ਲੱਗਦੀ ਤੈਨੂੰ ਮੈਂ ਕਿਹੜਾ ਹੁਣ ਕੋ ਸਿੱਟਦਾ ਫਿਰਦਾ ਉਹਦੇ ਮਗਰ ਲੱਗ ਕੇ ਘਰੋਂ ਆਪਣਾ ਕੰਮ-ਕਾਰ ਕਰੀ ਜਾਂਦੀ ਰੋਟੀ ਪਾਣੀ ਪਕਾ ਕੇ ਦੇਈ ਜਾਂਦੀ ਜਵਾਕ ਸੰਭੀ ਬੇ ਕੰਮ ਵੀ ਕਿਹੜਾ ਕਰਦੀ ਆ ਇੱਕ ਕੰਮ ਨੂੰ ਹੱਥ ਪਾ ਲੈਂਦੀ ਸ਼ਾਮ ਤੱਕ ਨਹੀਂ ਉਹ ਤਾਂ ਕੰਮ ਨਹੀਂ ਪੜਦਾਗਾ ਉਸ ਤੇ ਲੱਗੀ ਰਹਿੰਦੀ ਹੈਗੀ ਕੰਮ ਇੱਕ ਤੇ ਹੀ ਉਹ ਦਿਮਾਗੀਏ ਤੇ ਥੋੜਾ ਜਿਹਾ ਪ੍ਰੈਸ਼ਰ ਲੈਂਦੀ ਆ ਉਧਰੋਂ ਪੇਕਿਆਂ ਦਾ ਚਲ ਕੋਈ ਨਹੀਂ ਹੋਊ ਥੋੜੇ ਟਾਈਮ ਨੂੰ ਸੱਟ ਜੇ ਤੂੰ ਪਿਆਰ ਨਾ ਬੋਲੇ ਤਾਂ ਹੋਈ ਜਾਵੇ ਉਹ ਮੈਂ ਇੱਥੋਂ ਤਾਂ ਨਹੀਂ ਭਈ ਪਿਆਰਪੂਰਨ ਬੋਲਾ ਜਾਂ ਕੀ ਇੱਥੇ ਵਾਦਾ ਹੋਇਆ ਜਿੱਦੇ ਦੀ ਆਈ ਹੈਗੀ ਹੈ ਉਹ ਤੂੰ ਆਏ ਹਸਾ ਲਾਲਾ ਵਿੱਚ ਬੰਦੇ ਕੁੜੀਆਂ ਨੂੰ ਵੀ ਤਰਸੀ ਜਾਂਦੇ ਚਲ ਆਪਣੀ ਤਾਂ ਹੋ ਗਈ ਇਹ ਜੇ ਮੇਰੇ ਭੈਣ ਹੁੰਦੀ ਉਹਦੇ ਨਾਲ ਹੀ ਹੁੰਦਾ ਫੇਰ ਕੀ ਕਰਦੀ ਤੂੰ ਮੈਂ ਕੀ ਕਰਨਾ ਸੀ ਮੈਂ ਤਾਂ ਹਮੇਸ਼ਾ ਮੁੰਡਿਆਂ ਵਾਰੀ ਸੋਚਦੀ ਸੀ ਤਾਂ ਹੀ ਮੇਰੇ ਦੋ ਪੁੱਤ ਹੋਏ ਹੈਗੇ ਇਹ ਕੁੜੀਆਂ ਬਾਰੇ ਸੋਚਦੀ ਤਾਂ ਹੀਆਂ ਕੁੜੀਆਂ ਹੋਈ ਜਾਂਦਾਂ ਕਹਿੰਦੇ ਉਹ ਚਲ ਸਾਡੇ ਕਰਮਾਂ ਦੀ ਕੁੜੀ ਹੋਗੀ ਚਲ ਕੋਈ ਨਹੀਂ ਥੋੜਾ ਤਾਂ ਆਹੀ ਰੰਡੀ ਰੋਣਾ ਰਹੂਆ ਤੂੰ ਨਾ ਚੱਕਿਆ ਕਰ ਫੇਰ ਇਹਨੂੰ ਬੱਸ ਮੈਂ ਤਾਂ ਉਹੀ ਨਹੀਂ ਹੱਥ ਲਾਉਂਦੀ ਇਹਨੂੰ ਚੱਕਿਆ ਕਰ ਨਹੀਂ ਮੈਨੂੰ ਪਸੰਦ ਆ ਇਹ ਓਹ ਕੀ ਹਾਲ ਚਾਲ ਐ ਠੀਕ ਐ ਭਾਣੇ ਬਸ ਵਧੀਆ ਤੂੰ ਦੱਸ ਕਿਵੇਂ ਪਾਲਾ ਚੜਿਆ ਪਿਆ ਹੈ ਹੋਰ ਠੰਡ ਜੀ ਲੱਗਣ ਲੱਗੀ ਮੈਂ ਇੱਥੇ ਕੰਬਲ ਲੈ ਕੇ ਇੱਥੇ ਬੈਗੀ ਨਹੀਂ ਹਾਲ ਚਾਲ ਤਾਂ ਆ ਰਹੇ ਐ ਬਸ ਆਹੀ ਤੇਰੇ ਕੋਲ ਮੈਂ ਜੋਬਰ ਚ ਉੱਠ ਕੇ ਆਈ ਆਂ ਹੋਰ ਕੰਮ ਨੂੰ ਵੀ ਜੀ ਨਿਕਲੀ ਕਰਦਾ ਹੱਥ ਲਾਉਣ ਨੂੰ ਹੋਰ ਧੁੱਪ ਤਾਂ ਪੜੀ ਨਾ ਨਿਕਲਦੀ ਤੇ ਹੋਰ ਆ ਕਰਕੇ ਬਸ ਪਾਲੇ ਮਰੀ ਜਾਈ ਨੇ ਸਾਰਾ ਦਿਨ ਹੋਰ ਦੱਸ ਕਿਵੇਂ ਢੀੜਾ ਮਾਰਿਆ ਆ ਲੈ ਲੈ ਉੱਤੇ ਕੰਬਲ ਢੀੜਾ ਤਾਂ ਮੈਂ ਆਏ ਮਾਰਿਆ ਮੈਂ ਕਹਿੰਨਾ ਹੋ ਮੇਰੇ ਪੋਤੇ ਦੀ ਲੋੜੀ ਮਨਾਉਣੀ ਆ ਸੀ ਅੱਛਾ ਤੇ ਸਾਨੂੰ ਕਹਿਣਾ ਹੀ ਆ ਸਾਰੇ ਟੱਬਰ ਨੂੰ ਤੇ ਸਾਰੇ ਜਣੇ ਪਹੁੰਚੇ ਹੋ ਚੰਗਾ ਕੋਈ ਗੱਲ ਨਹੀਂ ਪਣੇ ਜਰੂਰ ਆਵਾਂਗੇ ਦੋਨੇ ਪੌਂਗਾ ਨੂੰ ਲਿਆਈ ਨਾਲ ਦੋਨੇ ਮੁੰਡਿਆਂ ਨੂੰ ਲਿਆਈ ਕੋਈ ਨਹੀਂ ਨਾਲੇ ਆਪਦੀ ਪੋਤੀ ਨੂੰ ਲਿਆਈ ਲਿਆਉਂਗੀ ਪਣ ਪੋਤੀ ਨੂੰ ਵੀ ਲਿਆਉਂਗੀ ਕੋਈ ਨਹੀਂ ਹਾਂ ਸਾਰਾ ਪਰਿਵਾਰ ਆਇਆ ਹੋ ਚੰਗਾ ਤੇ ਰੋਟੀ ਪਾਣੀ ਉਧਰ ਹੀ ਹੈ ਤੁਹਾਡਾ ਠੀਕ ਹੈ ਹਾਂ ਇਧਰ ਪਣਿਆ ਅਸੀਂ ਵੀ ਲੋਹੜੀ ਮਨਾਉਣੀ ਹੈ ਤੈਨੂੰ ਪਤਾ ਹੀ ਹੈ ਹੁਣ ਛੋਟੇ ਮੁੰਡੇ ਦੀ ਪਹਿਲੀ ਲੋਹੜੀ ਹੈ ਵਾਦੀ ਅੱਛਾ ਹਾਂ ਅਸੀਂ ਵੀ ਮਨਾਉਣੀ ਹੈਗੀ ਚਲ ਸਾਡੇ ਤਾਂ ਇੱਕ ਦਿਨ ਪਹਿਲਾਂ ਲੋਹੜੀ ਤੋਂ ਮਨਾਵਾਂਗੇ ਅਸੀਂ ਫਿਰ ਰਿਸ਼ਤੇਦਾਰ ਕਹਿੰਦੇ ਵੀ ਫਿਰ ਭਾਈ ਆਪੋ ਆਪਣੇ ਘਰੇ ਵੀ ਚਾਹੀਦਾ ਤਿਆਰ ਆਲੇ ਦਿਨ ਬੰਦਾ ਹਨਾ ਹਾਂ ਇਹ ਵੀ ਗੱਲ ਸੀ ਤੇ ਫਿਰ ਅਸੀਂ ਇੱਕ ਦਿਨ ਪਹਿਲਾਂ ਰੱਖਿਆ ਪ੍ਰੋਗਰਾਮ ਤੇ ਚਲ ਫਿਰ ਦੂਜੇ ਦਿਨ ਸੋਡੇ ਆ ਜਾਾਂਗੇ ਹਾਂ ਫਿਰ ਇੱਧਰ ਆ ਜਾਓ ਸਹੀ ਗੱਲ ਐ ਕਰ ਲਾਂਗੇ ਫਿਰ ਹਾਂ ਤੇ ਅਸੀਂ ਤਾਂ ਆਪ ਪੂਰੀ ਵਧੀਆ ਮਨਾਵਾਂਗੇ ਚਲ ਵਧੀਆ ਗੱਲ ਐ ਆ ਮੁੰਡੇ ਛੋਟੇ ਮੁੰਡੇ ਦੇ ਸਹੁਰੇ ਆਉਣ ਕੇ ਵਧੀਆ ਕਹਿੰਦੇ ਉਹ ਵੀ ਸਾਰਾ ਪਰਿਵਾਰ ਆਊਗਾ ਤੇ ਵਧੀਆ ਕਹਿੰਦੇ ਸਾਰਾ ਕੁਝ ਲੈ ਕੇ ਆਵਾਂਗੇ ਚਲ ਕੋਈ ਨਹੀਂ ਭਾਈ ਸੁੱਖ ਨਾਲ ਆਉਣਾ ਹੀ ਐ ਹਨਾ ਹਾਂ ਹੁਣ ਵੱਡੀ ਦੇ ਵਿਚਾਰੀ ਦੇ ਜੇ ਹੁੰਦੇ ਤਾਂ ਉਹਦੇ ਵੀ ਆ ਹੁਣ ਜੇ ਜੋ ਹੈ ਨਹੀਂ ਕੋਈ ਕੀ ਆਵੇ ਵਿਚਾਰੀ ਦੇ ਉਹੀ ਗੱਲ ਚਿੱਤ ਤਾਂ ਵਿਚਾਰੀ ਦਾ ਔਖਾ ਹੁੰਦਾ ਹੀ ਹੋਊ ਕੁੜੇ ਹਨਾ ਚਿੱਤ ਤਾਂ ਔਖਾ ਹੁੰਦਾਗਾ ਹੋਊਗਾ ਮਾਂ ਪਿਓ ਹੈ ਨਹੀਂ ਚਾਚੇ ਤਾਇੇ ਤਾਂ ਹੈਗੇ ਕੋਈ ਤਾਂ ਗੇੜਾ ਮਾਰਦਾ ਮੋਰ ਤਾਂ ਕਿਸੇ ਨੇ ਨਹੀਂ ਬੱਤੀ ਵਾਹੀ ਆ ਕੇ ਨਹੀਂ ਚਾਚੇ ਤਾਇੇ ਭਾਣੇ ਕੌਣ ਸਾਂਦੇ ਆ ਕਿਸੇ ਨੂੰ ਸਭ ਮਤਲਬਦੇ ਐ ਅਗਲਾ ਜ਼ਮੀਨ ਨੂੰ ਤੇ ਘਰ ਨੂੰ ਲੁੱਜਦਾ ਆਏ ਨਹੀਂ ਹੁੰਦਾ ਵੀ ਸਾਡੀ ਐ ਚਲਤੀ ਐ ਧਿਆਣੀ ਐ ਵੀ ਆਪਦੀਆਂ ਧੀਆਂ ਵਰਗੀ ਐ ਅਦੀਕ ਦੀ ਹੋਊਗੀ ਨਹੀਂ ਜੇ ਮੈਨੂੰ ਪਤਾ ਹੁੰਦਾ ਵੀ ਇਹ ਇਹਦੀ ਕਿਸਮਤ ਇਹੋ ਜੀ ਹੋਊਗੀ ਤੇ ਸਾਡੇ ਘਰੇ ਆ ਕੇ ਜਮਾ ਸਾਡਾ ਵੇੜਾ ਕਰ ਕਰ ਦਊਗੀ ਮੈਂ ਤਾਂ ਜਮਾ ਰਿਸਤਾਨਾ ਲੈਂਦੀ ਆ ਦਾ ਨਹੀਂ ਪੜਨੇ ਲਿਖੀਆਂ ਦਾ ਕੀ ਪਤਾ ਹੁੰਦਾ ਵੀ ਕਿਵੇਂ ਉਗੜਨਗੀਆਂ ਹੈ ਉਹਨਾਂ ਨੇ ਉਹੀ ਗੱਲ ਲਿਖਿਆ ਹੀ ਇੰਨਾ ਸੀ ਉਹਨਾਂ ਦਾ ਵੀ 3 ਨੂੰ ਬਾਹਰ ਉਠਾਤਾ ਤੇ ਮੁੜ ਕੇ ਵਿਚਾਰੇ ਆ ਕੇ ਉਹੀ ਗੱਲ ਕੀ ਫਿਰ ਸਾਰੇ ਦੀ ਗੱਲ ਲੈ ਕਿਸੇ ਦੇ ਨਹੀਂ ਸਾਰੇ ਦੀ ਗੱਲ ਤਾਂ ਚਲ ਕਿਸੇ ਦੇ ਨਹੀਂ ਹੈਗੀ ਪਰ ਕੀ ਪਤਾ ਸੀ ਭਣੇ ਮੈਂ ਤਾਂ ਨਾ ਬਾਲੀ ਪਸਤਾਈ ਜਾਨੀ ਐ ਮੁੜ ਕੇ ਸਾਨੂੰ ਆਸ ਪੋਤੇ ਦੀ ਹੋਈ ਉਹ ਵੀ ਜਾ ਵੱਡੀ ਨਿਆ ਜਾ ਮੱਕੇ ਸਿਟਤਾ ਇਥੇ ਨਿ ਕਰਮਾਂ ਦੇ ਕਰਸੇ ਹੁੰਦੇ ਆ ਤੂੰ ਐਵੇਂ ਨਾ ਕਲਪਿਆ ਕਰ ਕੋਈ ਨਹੀਂ ਆਤੀ ਹੋਗੀ ਫਿਰ ਪੁੱਤ ਹੋ ਜੂ ਹੈ ਐਵੇਂ ਨਹੀਂ ਆਸ ਮੁਕਾਈ ਹੁੰਦੀ ਆ ਇਹ ਦਿਲ ਨਹੀਂ ਸਿੱਟੀ ਦਾ ਹੁੰਦਾਗਾ ਨਾਲੇ ਤਾਂ ਉਹਨੂੰ ਵਿਚਾਰੀ ਨੂੰ ਦਲਾਸਾ ਦੇ ਆ ਕਰ ਮਾਣਾ ਮੋਟਾ ਹੈ ਆਪਦੀਆਂ ਤਿਆਰ ਗਈ ਆ ਆਪਣੇ ਫਿਰ ਕੀ ਹੋ ਗਿਆ ਜੇ ਉਹਦੇ ਕਰਮਾਂ ਚ ਇਹਨਾਂ ਦੁੱਖ ਲਿਖਿਆ ਰੱਬ ਨੇ ਜੇ ਤੂੰ ਐ ਕਰੀ ਜਾਏਂਗੀ ਫਿਰ ਉਹਦਾ ਕੌਣ ਆ ਤਾਂ ਇਥੋਂ ਬਿਨਾ ਨਹੀਂ ਭਣੇ ਮੈਨੂੰ ਤਾਂ ਨਾ ਚੰਗੀ ਨਹੀਂ ਲੱਗਦੀ ਉਹ ਜਮਾਂ ਵੀ ਨਾ ਤਾਂ ਉਹ ਤਾਂ ਕੋਈ ਕੰਮ ਬਣਦਾਗਾ ਹੈ ਸਾਰਾ ਕੰਮ ਜਿਹੜੇ ਕੰਮ ਨੂੰ ਲੱਗ ਜੂ ਸਾਰਾ ਦਿਨ ਇੱਕੇ ਤੇ ਹੀ ਲੱਗੀ ਰਹਿੰਦੀ ਆ ਜੇ ਕੱਪੜੇ ਧੋਣ ਲੱਗੀ ਤਾਂ ਸਾਰਾ ਦਿਨ ਕੱਪੜੇ ਧੋਈ ਜਾਊ ਜੇ ਭਾਂਡਿਆਂ ਤੇ ਲੱਗੀ ਤਾਂ ਉਹ ਤਾਂ ਭਾਂਡੇ ਨਹੀਂ ਨਿਬੜਦੇਗੇ ਜਿਹੜੀ ਗੱਲ ਉਹਦੇ ਦਿਮਾਗ 'ਚ ਬੈਠੀ ਹੋਈ ਹੈ ਨਾ ਦੁੱਖ ਉਹਦੇ ਢਿੱਡ ਨੂੰ ਲੱਗਿਆ ਹੋਇਆ ਉਹਦੀ ਤਾਰ ਉੱਥੇ ਹੀ ਵੱਜਦੀ ਹੈ ਉਹਨੂੰ ਨਹੀਂ ਚੰਗਾ ਲੱਗਦਾ ਕੋਈ ਆਪੇ ਘਰ ਵੀ ਦੇਖਣਾ ਪਊ ਆਪਦਾ ਉਹ ਤਾਂ ਚੱਲ ਦੇਖਣਾ ਪਊ ਚੱਲ ਹੌਲੀ ਹੌਲੀ ਬੰਦੇ ਦਾ ਫਰਕ ਪਾਇਆ ਦੁੱਖ ਤਾਂ ਆਪਾਂ ਮੰਨਦੇ ਆਂ ਚਲ ਇਹਨੂੰ ਦੁੱਖ ਹੈਗਾ ਵੀ ਹੁਣ ਘਰ ਦਾ ਵੀ ਸੋਚੇ ਗਾ ਉਹੀ ਗੱਲ ਜਵਾਕ ਆ ਉਹ ਫਿਰਦੀ ਆ ਕੁੜੀ ਜੀ ਨਾ ਉਹਨੂੰ ਚੰਚਰਾ ਸਾਂਭਦੀ ਨਾ ਕਰਦੇ ਜੰਮ ਕੇ ਤਾਂ ਸਿੱਟਤੀ ਹੈਗੀ ਉਹ ਸਾਰਾ ਦਿਨ ਉਹ ਕੁਲਦੀਪ ਚੱਕ ਕੇ ਦੁਰਿਆ ਫਿਰਦਾ ਉਹਨੂੰ ਚੱਲ ਕੋਈ ਨਹੀਂ ਭਾਈ ਪਲ ਜੂਗੀ ਆਈ ਉਹ ਤਾਂ ਪਰ ਪਤਾ ਕੀ ਗੱਲ ਹੈ 2-4 ਸਾਲ ਜਦੋਂ ਪੈ ਜਾਣ ਫਿਰ ਦੁੱਖ ਮਾੜਾ ਮੋਟਾ ਬੰਦੇ ਦਾ ਉਹ ਹੋ ਜਾਂਦਾ ਫਿਰ ਆਪਦੇ ਘਰ ਦਾ ਲਾਲਚ ਪੈ ਜੂ ਜਵਾਕ ਦਾ ਪੈ ਜੂ ਸਾਰਾ ਹੀ ਕਰੂਗੀ ਹੋਰ ਉਹਨੇ ਕਿੱਥੇ ਜਾਣਾ ਧੰਦਾ ਸੋਡੇ ਘਰ ਦਾ ਹੀ ਕਰਨਾ ਹੈ ਉਹਨੇ ਨਹੀਂ ਕਿਹੜਾ ਤੂੰ ਐਵੇਂ ਨਾ ਟੈਂਸ਼ਨ ਲਿਆ ਕਰ ਕੋਈ ਨਹੀਂ ਤੂੰ ਸਮਝਦਲਾਸਾ ਦੇ ਆ ਕਰ ਵਿਚਾਰੀ ਨੂੰ ਮੇਰਾ ਤਾਂ ਬੁਲਾਈਟ ਢ ਮੱਚਦਾ ਉਹਦੇ ਤੇ ਜਦੋਂ ਹੁਣ ਤੇਰੀ ਛੋਟੀ ਨੋਂਦੇ ਦੇਖ ਪੇਕੇ ਆਉਂਦੇ ਆ ਤੇ ਉਹਦਾ ਵੀ ਤਾਂ ਜੀ ਕਰਦਾ ਹੀ ਮੇਰਾ ਕੋਈ ਆਵੇ ਉਹ ਤਾਂ ਆਏ ਨੇ ਚਾਈ ਚਾਈ ਆਉਂਦੇ ਦੇਖ ਮਿਲਣ ਵੀ ਕਿੰਨੇ ਵਾਰੀ ਆ ਗਏ ਹੈਗੇ ਹੈ ਫਿਰ ਦੇਖ ਲੈ ਮਿਲਣੀ ਕਰਨ ਆਏ ਸੀ ਜਦੋਂ ਉਦੋਂ ਵੇਖ ਲੈ ਕਿੰਨਾ ਕੁ ਸੋਦੋ ਲੈ ਕੇ ਆਏ ਸੀ ਵਿਆਹ ਚ ਵੀ ਉਹਨਾਂ ਨੇ ਤਾਂ ਸਾਨੂੰ ਬਥੇਰੇ ਕੁਝ ਦਿੱਤਾਗਾ ਨਹੀਂ ਕੋਈ ਨਹੀਂ ਆਪ ਦਿੱਤੀ ਤੋ ਲਗਾਉਂਦਾ ਕੀ ਪਤਾ ਉਹਨਾਂ ਦੇ ਢਿੱਡ ਚ ਕਿੰਨੇ ਚਾ ਸੀ ਵਿਚਾਰਾਂ ਦੇ ਹੈ ਸਾਰਾ ਛੱਡ ਕੇ ਉਹੀ ਗੱਲ ਮਾਰ ਗਏ ਤੇ ਇਹਨੂੰ ਵੀ ਕਿੰਨੀ ਡੀਕ ਸੀ ਵੀ ਮੇਰੇ ਵੀ ਸੌਂਗ ਪੂਰੇ ਕਰਨਗੇ ਰਾਇ ਤਾਂ ਇਹਦੇ ਵੀ ਵਿੱਚ ਹੀ ਗਈ ਮੈਂ ਤੈਨੂੰ ਦੱਸਾਂ ਪਰ ਚਲੋ ਜੋ ਪਰਮਾਤਮਾ ਨੇ ਕਰਨਾ ਉਹੀ ਕਰਨਾਗਾ ਐਵੇਂ ਆਖਾ ਪੈਣ ਸਾਡੀ ਛੋਟੀ ਬਹੂ ਤਾਂ ਭਾਲੀ ਕਰਮਾਂ ਵਾਲੀ ਹੈਗੀ ਸੱਚੀ ਸਾਡਾ ਤਾਂ ਸਾਰਾ ਘਰ ਭਰਤਾ ਦੇਖ ਲਾਉਣੀ ਸਮਾਨ ਨਾਲ ਇੱਥੇ ਹੈ ਨਹੀਂ ਰਿਸ਼ਤੇਦਾਰ ਤਾਂ ਬੁਲਾਇਂ ਚੰਗੇ ਨਹੀਂ ਉਹ ਚੱਲ ਕੋਈ ਨਾ ਤੁਸੀਂ ਦੋਨੋਂ ਜਾਣੀਆਂ ਨਾਲ ਮਿਲ ਕੇ ਉਹਨੂੰ ਦਲਾਸਾ ਦਿਆ ਕਰੋ ਭੈਣ ਬਣ ਕੇ ਤੁਸੀਂ ਆਏ ਨਾ ਕਰੋ ਵਿਚਾਰੀ ਗਰੀਬ ਬਣੀਆ ਫੇਰ ਕੀ ਹੋਗਾ ਜੇ ਉਹਦੇ ਅੱਗੇ ਪਿੱਛੇ ਹੈ ਨਹੀਂ ਕੋਈ ਸੋਡਾ ਪਰਿਵਾਰ ਵੀ ਉਹਦਾ ਆਪਦਾ ਹੀ ਹੈਗਾ ਆਏ ਨਾ ਤੇਰ ਮੇਰ ਕਰਿਆ ਕਰੋ ਨਹੀਂ ਮੇਰਾ ਕਿਹੜਾ ਜੀ ਕਰਦਾ ਵੀ ਉਹਨੂੰ ਮੈਂ ਬੋਲਾਂ ਮੈਨੂੰ ਉਹ ਜਾਣ ਜਾਣ ਕੇ ਬੁਲਾਉਂਦੀ ਹੈ ਜਦੋਂ ਉਹ ਤੋਂ ਕੋਈ ਕੰਮ ਨਹੀਂ ਬੰਦਦਾ ਚਲ ਕੋਈ ਨਾ ਤੂੰ ਤਾਂ ਨਾ ਮੈਂ ਬਲੱਡ ਵਧਾਈ ਬੈਠੀ ਆ ਮੈਨੂੰ ਲੱਗਦਾ ਤੂੰ ਤਾਂ ਮੇਰੀ ਇੱਕ ਗੱਲ ਨਹੀਂ ਸੁਣਦੀ ਚਲ ਤੂੰ ਐ ਕਰੀ ਦੋਨੇ ਨੂੰ ਹਾਂ ਨੂੰ ਤਿਆਰ ਬਿਆਰ ਕਰਕੇ ਲਿਆਈ ਚੰਗਾ ਵਧੀਆ ਸੋਹਣਿਆ ਲੱਗਣ ਆਵਾਂਗੇ ਦੋਨੇ ਦੋਨੋਂ ਨੂੰ ਲੈ ਕੇ ਆਉ ਨਾਲ ਕੋਈ ਹਾਂ ਬਸ ਮੈਂ ਤਾਂ ਜਾਣੀ ਹੁਣ ਗਾਂ ਘਾਇ ਕੇ ਆਉਣੀ ਇੱਕ ਦੋ ਘਰਾਂ ਦੇ ਤੇ ਮੈਂ ਤੈਨੂੰ ਸੁਨੇਹਾ ਲਾ ਗਈ ਇਹ ਗੱਲ ਨਾ ਹੋਵੇ ਕਿ ਤੇ ਤੂੰ ਮੈਨੂੰ ਦੁਬਾਰੇ ਢੀਕੀ ਜਾਵੇਂ ਵੀ ਦੁਬਾਰੇ ਆਉਗੀ ਕਹਿਣ ਨਾ ਨਾ ਕੋਈ ਗੱਲ ਨਹੀਂ ਹੁਣ ਤੂੰ ਚਾਹ ਤਾਂ ਪੀ ਜਾਂ ਨੀ ਨਾ ਚਾਹ ਨਹੀਂ ਮੈਂ ਪੀਂਦੀ ਫਿਰ ਮੈਨੂੰ ਕਵੇਲਾ ਹੋ ਜਾਊਗਾ ਅਸੀਂ ਢੀੜੇ ਕੱਪੜੇ ਲੈਣ ਵੀ ਜਾਣਾਗਾ ਨਾ ਅੱਛ ਪੁਛ ਲੈ ਕਿ ਤੇ ਫਿਰ ਗਾਂਹਾਂ ਪਰ ਜਾਇਆਂ ਪਤੀ ਜੀਗਾਂ ਨੂੰ ਵੀ ਦੇਣੇ ਪੈਣਗੇ ਹਾਂ ਇਹ ਤਾਂ ਫਿਰ ਰਕਾਰ ਬਿਹਾਰਾ ਜਿਹੜਾ ਕੋ ਕਰਨਾ ਹੀ ਪੈਂਦਾ ਹਨਾ ਹਾਂ ਚੱਲ ਕੋਈ ਨਾ ਫਿਰ ਚੰਗਾ 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 ਜਰੂਰ ਆਇਓ ਕੋਈ ਨਹੀਂ ਕੋਈ ਨਹੀਂ ਹਾਂ ਕੁਲਦੀਪਰ ਗਿਆ ਨੂੰ ਵੀ ਕਹਿ ਦੀ ਕੋਈ ਨਹੀਂ ਕਹਿ ਦੂੰ ਕੁਲਦੀਪ ਨੂੰ ਵੀ ਲੈ ਵੇਖ ਲੈ ਕਿੰਨੀ ਖੁਸ਼ ਹੈ ਹੈ ਪੋਤੇ ਦੀ ਲੋੜੀ ਆ ਖੁਸ਼ ਤਾਂ ਹੋਣਾ ਹੀ ਆ ਭਾਈ ਇੱਥੇ ਬੈਠੀ ਹੱਥ ਯਾਤਰੀ ਲੇਓ ਜੀ ਜੀ ਮੈਂ ਕਰਵਾ ਦਨੀ ਤੁਹਾਡੇ ਨਾਲ ਕੰਮ। ਉਹ ਨਹੀਂ ਨਹੀਂ ਕਿੰਨਾ ਕੰਮ ਮੈਂ ਆਪੇ ਕਰ ਲਵਾਂਗੀ। ਤੂੰ ਜਾ ਕੇ ਆਰਾਮ ਕਰ। ਤੁਸੀਂ ਵੀ ਦੇ ਸਾਰੇ ਦਿਨ ਹੋਰ ਕਰਦੇ ਨੂੰ ਕੰਮ ਕੋਈ ਨਾ ਮੈਂ ਕਰਵਾ ਦਨੀ ਤੁਹਾਡੇ ਨਾਲ। ਕੋਈ ਨਾ ਹਲਪੀ ਤੇਰੇ ਨਵਾਂ ਨਵਾਂ ਵਿਆਹ ਹੋਇਆ। ਤੈਨੂੰ ਹਜੇ ਕੰਮ ਕਰਨ ਨੂੰ ਕੀ ਆ? ਨਾਲੇ ਕੰਮ ਕਰਨ ਨੂੰ ਮੈਂ ਹੈਗੀ ਨਾ। ਤੂੰ ਫਿਕਰ ਨਾ ਕਰਿਆ ਕਰ। ਐਂ ਥੋੜੀ ਹੰਦਾ ਜੀ ਜੀ ਤੁਸੀਂ ਕੱਲੇ ਲੱਗੇ ਪਿਆ। ਨਾਲੇ ਜੀ ਜੀ ਮੈਨੂੰ ਇੱਕ ਗੱਲ ਪੁੱਛਣੀ ਸੀ। ਹਾਂ ਪੁੱਛ। ਤੁਹਾਨੂੰ ਮੰਮੀ ਐਨਾ ਕੁਝ ਬੋਲੇ ਤੁਹਾਡੀ ਮੰਮੀ ਡੈਡੀ ਬਾਰੇ ਬੋਲੇ ਤੁਹਾਨੂੰ ਗੁੱਸਾ ਨਹੀਂ ਲੱਗਿਆ? ਫਿਰ ਕੀ ਹੁੰਦਾ ਜੇ ਕੁਝ ਕਹਿ ਲੈਂਦੇ ਆ ਤਾਂ ਉਹ ਵੀ ਤਾਂ ਮਾਂ ਹੀ ਆ ਆਪਣੀ। ਮੈਨੂੰ ਨਹੀਂ ਕੋਈ ਗੁੱਸਾ ਲੱਗਦਾ ਨਾਲ ਤੂੰ ਵੀ ਨਾ ਕਿਸੇ ਗੱਲ ਦਾ ਗੁੱਸਾ ਨਾ ਕਰੀ ਮੰਮੀ ਦਾ ਮੰਮੀ ਤਾਂ ਸਭਾ ਹੀ ਇਦਾਂ ਦਾ ਅੰਦਰੋਂ ਤਾਂ ਮੰਮੀ ਬਹੁਤ ਚੰਗੇ ਨੇ ਫਿਰ ਵੀ ਮੰਮੀ ਨੂੰ ਸੋਚਣਾ ਚਾਹੀਦਾ ਤੁਹਾਨੂੰ ਐਵੇਂ ਨਹੀਂ ਬੋਲਣਾ ਚਾਹੀਦਾ ਨਾਲੇ ਸਾਰੇ ਦਿਨ ਕੰਮ ਕਰਦੇ ਰਹਿੰਦੇ ਰਹੇ ਤੁਸੀਂ ਕੋਈ ਨਾ ਹਰਪ੍ਰਿਤ ਜਦੋਂ ਰੱਬ ਨਹੀਂ ਇਹੋ ਜਿਹੀ ਲਿਖਤੀ ਕੀ ਕਰ ਸਕਦੇ ਹਾਂ ਚਲੋ ਜੀ ਤੁਸੀਂ ਐਵੇਂ ਫਿਕਰ ਨਾ ਕਰੋ ਮੈਨੂੰ ਤੁਸੀਂ ਆਹ ਦੀ ਛੋਟੀ ਭੈਣ ਵੱਲੋਂ ਤੂੰ ਮੇਰੀ ਭੈਣ ਹੀ ਆ ਮਨਨ ਵਾਲੀ ਕਿਹੜੀ ਗੱਲ ਐ ਤੇ ਮੈਂ ਹੈਗੀ ਆ ਨਾ ਤੁਹਾਡੇ ਨਾਲ ਚੰਗਾ ਤੂੰ ਮੈਨੂੰ ਐ ਦੱਸ ਕੀ ਖਾਵੇਂਗੀ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਬਣਾ ਕੇ ਲਿਆਉਣੀ ਆ ਨਹੀਂ ਦੀਦੀ ਅੱਜ ਤੁਸੀਂ ਬੈਠੋ ਅੰਦਰ ਜਾ ਕਿ ਮੈਂ ਬਣਾਉਣੀ ਆ ਤੁਹਾਡੇ ਵਾਸਤੇ ਖਾਣ ਨੂੰ ਦੱਸੋ ਕੀ ਖਾਓਗੇ ਚਲ ਜੇ ਤੂੰ ਇੰਨਾ ਹੀ ਕਰੀ ਆ ਨੇ ਚੰਗਾ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਉਹ ਬਣਾ ਲਿਆ ਚਲ ਠੀਕ ਐ ਮੈਂ ਬਣਾਉਣੇ ਚੱਲੋ ਤੁਸੀਂ ਅੰਦਰ ਚੰਗਾ ਕੀ ਕਰੀ ਜਾਂਦਾ ਪੁੱਤ ਕੁਛ ਨਹੀਂ ਬਪਿਆ ਕਿਤਾਬ ਜੀ ਪੜ੍ਹੀ ਜਾਂਦਾ ਸੀ ਮੈਂ ਤੈਨੂੰ ਐ ਕਹਿੰਦੀ ਸੀ ਵੀ ਆਪਾਂ ਹਰਪ੍ਰੀਤ ਕੋਲੇ ਨਾ ਜਾਏਗੇ ਜਾ ਆਵਾਂਗੇ ਕੰਮ ਤਾਂ ਤੇਜੇ ਨਵੇੜ ਲਗੇ। ਪੁੱਤ ਕੰਮ ਤਾਂ ਤੇ ਤੈਨ ਨਿਬੜਦੀ ਰਹਿਣਗੇ। ਆਇਆ ਵੀ ਤਿਹਾਰ ਆਉਂਦਾ ਕੁੜੀ ਡੀਕਦੀ ਹੋਊਗੀ। ਉਹ ਡੀਕਦੀ ਦਾ ਹੋਊਗੀ ਬੇਬੇ। ਚਲ ਦੇਖ ਲੈ ਫਿਰ ਜਮੇ ਲੋਟ ਲਾਦਾ ਜਾ ਆਵਾਂਗੇ। ਤੇ ਹੋਰ ਵੀ ਚਲ ਹੁਣ ਆਪਾਂ ਪਹਿਲਾ ਪਹਿਲਾ ਮਾਗਰੋ ਫਿਰ ਆਪਦੇ ਵੀ ਕੰਮ ਹੋ ਜਾਂਦੇ ਨੇ। ਆਇਆ ਤਾਂ ਹੈਗਾ ਫਿਰ ਤਿਹਾਰ ਨੂੰ ਤਾਂ ਆਪਦੇ ਵੀ ਸੌ ਹੋ ਜਾਂਦਾ ਵੀ। ਹੋਰ ਨਾਲੇ ਤੈਨੂੰ ਪਤਾ ਤੂੰ ਕੱਲਾ ਜਾਣਾ ਹੈਗਾ ਕਦੇ ਉੱਧਰ ਜਾ ਕਦੇ ਉੱਧਰ ਜਾ ਫਿਰ ਟਾਈਮ ਨਹੀਂ ਲੱਗਣਾ। ਹੁਣ ਆਪਾਂ ਇੱਕ ਦੋ ਦਿਨ ਵਿਹਲੇ ਸੀ ਤਾਂ ਕਹਿੰਦੀ ਸੀ ਮੈਂ ਤੈਨੂੰ। ਮਾਂ ਦਾ ਬੇਬੇ ਤੈਨੂੰ ਐਂ ਕਹਿਣਾ। ਵੀ ਜੇ ਤੂੰ ਜਾ ਆ ਪੁੱਤ ਮੈਂ ਇਕੱਲੀ ਕਿੱਧਰ ਜਾਉਂਗੀ ਤੂੰ ਨਾਲ ਵਗ ਚੱਲਦਾ ਨਾਲੇ ਮੇਲੇ ਆਉਂਦਾ ਇਸ ਭਾਨੇ ਉਹ ਮਿਲ ਤਾਂ ਆਉਂਗਾ ਉਹ ਬਾਕੀ ਦਾ ਹਰਪ੍ਰੀਤ ਮੈਨੂੰ ਦੱਸਦੀ ਹੁੰਦੀ ਆ ਫੋਨ ਫਾਨ ਕਰਦੀ ਆ ਉਹ ਦੂਜੀ ਭੈਣ ਬਾਰੇ ਵੱਡੀ ਬਾਰੇ ਉਹ ਕਹਿੰਦੀ ਵੀ ਬੇਬੇ ਉਹਨੂੰ ਬੋਲਦੀ ਰਹਿੰਦੀ ਆ ਨਾਲੇ ਜਦੋਂ ਮੈਂ ਜਾਂਨਾ ਨਾ ਮੈਨੂੰ ਦੇਖ ਕੇ ਹੋਰ ਹੀ ਮੂੰਹ ਜਾਂ ਕਰ ਲੈਂਦੀ ਆ ਵੀ ਜੇ ਉਹਦਾ ਭਰਾ ਹੁੰਦਾ ਜਾਂ ਕੋਈ ਮਾਪਾ ਪੇਕਾ ਹੁੰਦਾ ਵੀ ਉਹ ਆਉਂਦੇ ਹਨਾ ਤਾਂ ਕਰਕੇ ਫਿਰ ਮੈਨੂੰ ਇਹ ਚੰਗਾ ਜਾਂ ਨਹੀਂ ਲੱਗਦਾ ਉੱਥੇ ਜਾ ਕੇ ਨਾ ਮਨ ਜਾਂ ਖਰਾਬ ਹੋ ਜਾਂਦਾ ਉਹਨੂੰ ਦੇਖ ਕੇ ਬੇ ਪੁੱਤ ਹੁਣ ਕੀ ਕਰੀਏ ਉਹ ਤਾਂ ਰੱਬ ਦੇ ਸਾਰੇ ਐ ਹੈ ਚੱਲ ਵਿਚਾਰੀ ਉਹ ਵੀ ਐ ਕੋਈ ਗੱਲ ਨਹੀਂ ਨਾਲੇ ਐਂ ਕਹਿੰਦੀਆਂ ਤੂੰ ਜਾਨਾ ਉਹਦੇ ਸਿਰ ਤੇ ਹੱਥ ਧਰਦਾ ਉਹਦਾ ਵੀ ਹੌਸਲਾ ਵੱਧਦਾ ਉਹ ਤਾਂ ਹੈ ਪੁੱਤ ਖੈਰ ਤੇਰੀ ਠੀਕ ਆ ਪਰ ਫੇਰ ਵੀ ਜੜੀਕਤਾ ਹੁੰਦੀ ਆ ਹਨਾ ਕਿੱਥੇ ਉਹਦੇ ਆਪ ਦੇ ਹੁੰਦੇ ਪੁੱਤ ਫਰਕ ਤਾਂ ਹੁੰਦਾ ਹੀ ਐ ਦੂਜੇ ਦਾ ਤੇ ਆਪ ਦੇ ਦਾ ਫੇਰ ਹੁਣ ਚਲੋ ਕੋਈ ਨਾ ਤੇ ਇੱਕ ਗੱਲ ਤੈਨੂੰ ਮੈਂ ਹੋਰ ਕਹਿੰਦੀ ਸੀ ਪੁੱਤ ਕਿਵੇਂ ਆਪਾਂ ਐਤ ਕੀ ਹਰਪ੍ਰੀਤ ਦੀ ਲੋੜੀ ਲੈ ਕੇ ਜਾਵਾਂਗੇ ਤੇ ਨਾਲ ਉਹਦਾ ਨਾ ਸਮਾਨ ਲੈ ਜਾਈਏ ਆਵੇਂ ਬੇ ਲਾਏ ਜਾਾਂਗੇ ਉਹਦੇ ਨਾਲ ਕਿਹੜਾ ਕੋਈ ਬਾਲਾ ਖਰਚਾ ਹੁੰਦਾ ਜਾਂ ਕੋਈ ਆਪਣਾ ਕੋਈ ਘਾਟਾ ਪੈ ਜੂ ਐਂ ਚਲੇ ਨੇ ਨਾ ਖੁਸ਼ ਹੋ ਜੂਗੀ ਬਾਕੀ ਆ ਉਹ ਜਿੱਥੇ ਮੇਰੀ ਹਰਪ੍ਰੀਤ ਪਾਣ ਉਹ ਵੀ ਭੈਣ ਹੀ ਆ ਹੈ ਚਲ ਜ ਉਹਦਾ ਕੋਈ ਆਪ ਦਾ ਹੈ ਨਹੀਂ ਤੇ ਜੇ ਆਪਾਂ ਸਿਰ ਤੇ ਹੱਥ ਧਰ ਦਿਆਂਗੇ ਤਾਂ ਚਲ ਬੰਦੇ ਦਾ ਉਹ ਕਹਿੰਦੇ ਹੁੰਦੇ ਆਈ ਦੁੱਖ ਬੰਦਿਆਂ ਘਟ ਜਾਂਦਾ ਉਹੀ ਤਾਂ ਗੱਲ ਹੈ ਪੁੱਤ ਹਰਪ੍ਰੀਤ ਫੋਨ ਤੇ ਦੱਸਦੀ ਸੀ ਕਹਿੰਦੀ ਬਲਾਈਂ ਕਲੇਸ਼ ਕਰਦੀ ਹੈ ਇੱਕ ਕਹਿੰਦੀ ਕੁੜੀ ਹੋਗੀ ਕੁੜੀ ਹੋਏ ਤੇ ਬਾਰ ਬਾਰ ਕਹੂਗੀ ਪੱਥਰ ਮੱਥੇ ਮਾਰਿਆ ਪੱਥਰ ਵੀ ਗੱਲ ਸੁਣਾ ਅਕਲ ਦੀ ਨਹੀਂ ਹੈ ਜੇ ਤੇਰੇ ਧੀ ਨਹੀਂ ਜੇ ਕੁੜੀ ਨਾ ਸੀ ਤਾਂ ਹੀ ਤੂੰ ਉਹ ਲੈਈਂ ਹੈ ਓਏ ਉਹੀ ਤਾਂ ਗੱਲ ਹੈ ਬਸ ਇਹ ਸੋਚਣ ਦਾ ਹੀ ਫਰਕ ਹੁੰਦਾ ਐ ਹੋਰ ਦੱਸ ਨਹੀਂ ਪੁੱਤ ਇਹਨਾਂ ਹਕਾਰ ਵੀ ਨਹੀਂ ਕਰਨਾ ਚਾਹੀਦਾ ਜੇ ਆਂਦੇਤੀ ਨਾ ਹੋਵੇ ਇਹ ਤਾਂ ਐਵੇਂ ਸੋਚ ਦੇ ਅਕੋਰਡਿੰਗ ਹੁੰਦਾ ਇਹ ਆਹ ਕੁੜੀਆਂ ਕਿਹੜਾ ਆਏ ਆ ਵੀ ਰਾਤ ਨੂੰ ਉੱਠ ਕੇ ਜਾਦੇ ਖਾਂਦੀਆਂ ਹੈ ਆਹੀ ਤਾਂ ਗੱਲ ਐ ਪੁੱਤ ਬਸ ਇਹਨਾਂ ਦੀ ਕਿਸਮਤ ਕਨੀਓ ਮਾਪਿਓ ਚੁਰਦਾ ਹੋਰ ਕੋਈ ਇਹਨਾਂ ਦਾ ਕੋਈ ਦੁੱਖ ਨਹੀਂ ਹੁੰਦਾ ਧੀਆ ਦਾ ਉਹੀ ਤਾਂ ਗੱਲ ਐ ਲੈ ਹੁਣ ਤੋਂ ਐ ਲਾਲਾ ਵੀ ਆ ਹਰਪ੍ਰੀਤ ਸੀ ਕਿਸੇ ਚੀਜ਼ ਦਾ ਕਾਹਦਾ ਘਾਟਾ ਆਉਂ ਦਿੱਤਾ ਉਹਨੂੰ ਚੰਗਾ ਵਿਆਹ ਕਰਤਾ ਵਧੀਆ ਇੱਥੇ ਪੜ੍ਹਾਈ ਲਿਖਾਈ ਆ ਐਸ਼ ਕਰਦੀ ਆ ਉਹੀ ਤਾਂ ਗੱਲ ਐ ਪੁੱਤ ਹੁਣ ਹਰਪ੍ਰੀਤ ਨੂੰ ਤਾਂ ਕਹਿੰਦੀ ਮੈਂ ਤਾਂ ਬਥੇਰਾ ਚੰਗਾ ਸਮਝਦੀ ਐ ਪਰ ਇਹਨੂੰ ਵਿਚਾਰੀ ਨੂੰ ਮਿਹਣੇ ਮਾਰਦੀ ਐ ਕਹਿੰਦੀ ਗੱਲ-ਗੱਲ ਤੇ ਮਿਹਣਾ ਮਾਰੂਗੀ ਉਹ ਨਹੀਂ ਉਹੀ ਬਸ ਜਿਵੇਂ ਪ੍ਰਾਣੀਆਂ ਬੁੜੀਆਂ ਨੇ ਇਹਨਾਂ ਦੀ ਸੋਚ ਹੀ ਉੱਥੇ ਖੜੀ ਆ ਹੋਰ ਨਹੀਂ ਕੋਈ ਗੱਲ ਹੈਗੀ ਬਸ ਇਹ ਐਂ ਸੋਚਦੀਆਂ ਐ ਪਤਾ ਨਹੀਂ ਕੁੜੀਆਂ ਹੋਗੀਆਂ ਕੀ ਹੋ ਜਾਓ ਅੱਗੇ ਹੁੰਦਾ ਸੀ ਚਲ ਟਾਈਮ ਵੀ ਉਹ ਹੋ ਜੇ ਸੀਗੇ ਹੁਣ ਨਹੀਂ ਕੋਈ ਮੁੰਡੇ ਕੁੜੀ ਜੀ ਫਰਕ ਹੈਗਾ ਕੋਤੋਂ ਹੁਣ ਤੱਕ ਕੁੜੀਆਂ ਮੁੰਡਿਆਂ ਨਾਲੋਂ ਵੱਧ ਐ ਨਾਲੇ ਤਾਂ ਮਾਪਿਓ ਦਾ ਵੱਧ ਕਰਦੀਆਂ ਨਾਲੇ ਬਠੇਰੀ ਤਰੱਕੀ ਕਰੀਆਂ ਬੈਠੀਆਂ ਕੁੜੀਆਂ ਜਿਹੜੀਆਂ ਨੇ ਕਰਨੀਆਂ ਇਹ ਤਾਂ ਹੈਗਾ ਹੀ ਆ ਫਿਰ ਚਲ ਕੋਈ ਨਹੀਂ ਫਿਰ ਦੇਖ ਲੈ ਜਾ ਆਵਾਂਗੇ ਮੈਂ ਤੈਨੂੰ ਆਏ ਕਹਿਨੀ ਆ ਸਮਾਨ ਲੈ ਆਈ ਜਿੰਨਾ ਤੂੰ ਹਰ ਪ੍ਰੀਤਾ ਲੈ ਕੇ ਆਵੇਂਗਾ ਨਾ ਉਨਾ ਹੀ ਉਹਦਾ ਲਈ ਆਈ ਨਾ ਨਾ ਕੋਈ ਨਹੀਂ ਬੇਬੇ ਲੈ ਆਵਾਂਗੇ ਆਪਾਂ ਜਾਂਦੇ ਹੀ ਲੈ ਜਾਾਂਗੇ ਸਮਾਨ ਤਾਂ ਫਿਰ ਮਾਂ ਤਾਂ ਤੈਨੂੰ ਆਏਗਾ ਨਾ ਜਾਂਦੇ ਲੈ ਜਾਾਂਗੇ ਫਿਰ ਸੂਟ ਪਾਏ ਨੇ ਮੇਰੇ ਕੋਲੇ ਦੋ ਹੋਰ ਹੈ ਆ ਆਇਆ ਚਲ ਆਪਦੀ ਨੂੰ ਤਾਂ ਆਪਾਂ ਇਹਨਾਂ ਘੱਟ ਦੇ ਦੀ ਉਹਦਾ ਵਿਚਾਰੀ ਦਾ ਆਦਾ ਰੱਖਦੀ ਮਾਨ ਆ ਇਹਨੇ ਨਾਲ ਖੁਸ਼ ਹੋ ਜੂਗੀ ਉਹਦਾ ਦੁੱਖ ਭੁੱਲ ਜਾਂਦਾ ਨਹੀਂ ਪੁੱਤ ਸੂਟ ਮੇਰੇ ਕੋਲੇ ਪਏ ਐ ਇੱਕ ਉਹਦੀ ਸੱਸ ਦਾ ਲੈ ਜੂਗੀ ਦੋ ਮੈਂ ਉਹਨਾਂ ਦੇ ਲੈ ਜੂ ਹਰਪ੍ਰੀਤ ਦਾ ਤੇ ਉਹਦਾ ਤਾਂ ਮੈਂ ਇੱਕੋ ਜਿਹੀ ਲੈ ਕੇ ਜਾਊਂਗੀ ਨਾ ਨਾ ਇੱਕੋ ਜਿਹੀ ਲੈ ਕੇ ਜਾਏ ਹਾਂ ਆਪਾਂ ਨੂੰ ਤਾਂ ਦੋਨੇ ਇੱਕੋ ਜਿਹਾ ਉਹ ਵੀ ਵਿਚਾਰੀ ਹੋਈ ਹੈ ਹਾਂ ਸਵਾ ਆਪਦੀ ਹਰਪ੍ਰੀਤ ਨਾਲ ਉਹ ਵੀ ਵੱਧ ਮੋਹ ਕਰਦੀ ਆ ਉਹਦਾ ਗਿਆਨ ਹੈ ਆਪਣੇ ਜਿਉਂ ਹੀ ਦੇਖਦੀ ਆ ਉਹ ਵੀ ਆਦੇ ਮਾਪੇ ਵੇਖੇ ਦੇਖਦੀ ਐ ਕਹਿੰਦੀ ਸਾਡੀ ਤਾਂ ਬਥੇਰਾ ਬਣਦੀ ਮੈਂ ਤਾਂ ਕਿਹਾ ਸੀ ਪੁੱਤ ਤੂੰ ਨਾ ਇਹਦੇ ਨਾਲ ਕੋਈ ਫਰਕ ਕਰੀ ਤੂੰ ਨਾ ਤੇਰੇ ਸੱਸ ਪਿੱਛੇ ਲਾ ਕੇ ਕੋਈ ਗੱਲ ਕਹਿਦੀ ਨਾ ਇਹ ਤਾਂ ਮੈਂ ਵੀ ਸਮਝਾਈ ਸੀ ਮੈਂ ਕਿਹਾ ਮਗਰ ਨਹੀਂ ਲੱਗੀਦਾ ਹੁੰਦਾ ਤਾਂ ਇੱਥੋਂ ਪਹਿਲਾਂ ਦੀ ਆਈ ਆ ਮੈਂ ਕਿਹਾ ਉਹ ਜਿਵੇਂ ਆ ਨਾ ਕਹਿੰਦੀ ਆ ਉਹ ਮੈਂ ਕਰੀ ਜਾਇਆ ਕਰ ਕੀ ਕਰੇ ਪੁੱਤ ਬਸ ਉਹ ਹੀ ਗੱਲ ਕਰਮ ਮਾੜਿਆ ਵਿਚਾਰੀ ਦੇ ਹੈ ਉਹ ਬਸ ਚਲ ਚੰਗਾ ਮੈਂ ਕੰਮ ਜਾਇਆ ਕਰ ਲਾਂ ਫਿਰ ਆਪਾਂ ਚੱਲਦੇ ਆ ਹਾਂ ਕੋਈ ਨਹੀਂ ਬੇਬੇ ਕਰ ਲਾ ਚੰਗਾ ਹੋਰ ਮਾਰਾਜ ਰੱਖਦਾ ਉੱਥੇ ਰਹਿਣਾ ਪੈਂਦਾ ਰਹਿਣਾ ਪੈਂਦਾ ਪੁੱਤ ਕਰੀਏ ਕੀ ਚਲਾ ਲੈ ਗਏ ਕਰ ਮੈਂ ਫਿਰ ਚਾਹ ਬਣਾ ਦੇਵਾਂ ਨਾਲੇ ਹੋ ਜਾ ਤਿਆਰ ਤੇ ਫਿਰ ਚੱਲਦੇ ਆਪਾਂ ਹੈ ਚੰਗਾ ਪੁੱਤ ਮੈਂ ਲਿਆਉਣੀ ਆ ਚਾਹ ਹਲੋ ਜੀ ਚਾਹ ਪੀ ਲਓ ਲੈ ਯਾਰ ਤੜਕੇ ਦੀ ਨਹੀਂ ਬੀਤੀ ਦੀ ਕੰਮ ਅੱਚੀ ਰੁੱਝੇ ਰਹੇ ਨਾ ਤੁਸੀਂ ਬਾਬਾ ਹੀ ਟਾਈਮ ਚਲਾਇਆ ਏ ਟਾਈਮ ਹੁਣ ਮੈਨੂੰ ਤਾਂ ਆਪ ਨਹੀਂ ਪਤਾ ਸੀਗਾ ਉਹ ਮੁੰਡਾ ਕਹਿੰਦਾ 10 ਮਿੰਟ ਲੱਗਣਗੇ ਚੱਲ ਵੜ ਮਗਰ ਦੀ ਮਗਰ ਤੂੰ ਫੋਨ ਕਰੀ ਗਿਓ ਉਧਰ ਟਾਈਮ ਲੱਗੀ ਗਿਆ ਨਾ ਕੰਮ ਹੋਇਆ ਚੱਜ ਨਾਲ ਉਹ ਮੈਨੂੰ ਤਾਂ ਮੰਮੀ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਆਵਾਂਗੇ ਮੈਂ ਤੁਹਾਨੂੰ ਤਾਂ ਫੋਨ ਕਰੀ ਜਾਂਦੀ ਸੀ ਅੱਛਾ ਕੌਣ ਕੌਣ ਆਉਣਗੇ ਵੀਰਾ ਤੇ ਮੰਮੀ ਲੋੜੀ ਲੈ ਕੇ ਆਉਣਗੇ ਚੱਲ ਵਧੀਆ ਆ ਜਾਣ ਫਿਰ ਮੈਂ ਸਮਾਨ ਸਮੂਹ ਲੈ ਆਉਂਦਾ ਤੂੰ ਮੈਨੂੰ ਮੈਸੇਜ ਕਰਕੇ ਦੱਸ ਦੇਂਦੀ ਕੋਈ ਨਾ ਕੋਈ ਨਹੀਂ ਦੁਬਾਰਾ ਜਾਣਾ ਪਊਗਾ ਤੁਸੀਂ ਮੈਸੇਜ ਕੀ ਦੇਖਦੇ ਜੋ ਫੋਨ ਹੀ ਨਹੀਂ ਚੱਕਿਆ ਚੱਲ ਹੁਣ ਲਿਆਈਓ ਖਾਣ ਪੀਣ ਨੂੰ ਸਮਾਨ ਚੰਗਾ ਚੱਲ ਲੈ ਆਉਂਗਾ ਸਮਾਨ ਤਾਂ ਨਾਲੇ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਐ ਮੰਮੀ ਦੀਦੀ ਨਾਲ ਐਂ ਕਾਤੋ ਬੋਲਦੇ ਰਹਿੰਦੇ ਸਾਰਾ ਦਿਨ ਕਿ ਉਹ ਬਸ ਤੁਹਾਨੂੰ ਪਤਾ ਤਾਂ ਮੰਮੀ ਉਹਦੇ ਮੰਮੀ ਡਾਡੀ ਬਾਰੇ ਬੋਲਦੇ ਰਹਿੰਦੇ ਕਦੇ ਜਸਮੀਤ ਬਾਰੇ ਬੋਲਦੇ ਰਹਿੰਦੇ ਨੇ ਵੀ ਇਹ ਪੱਥਰ ਮਾਰੀ ਸਾਡੇ ਅਜੀਬ ਉਹ ਯਾਰੋ ਮੰਮੀ ਦਾ ਸੁਭਾਈ ਇਹੋ ਜਿਹਾ ਹੁਣ ਤੈਨੂੰ ਕੀ ਦੱਸਾਂ ਮੈਂ ਸਾਨੂੰ ਵੀ ਸਾਰਾ ਕੁਝ ਪਤਾ ਤਾਂ ਹੈਗਾ ਹੀ ਆ ਵੀ ਜਦੋਂ ਇਹਦਾ ਵਿਆਹ ਹੋਇਆ ਸੀਗਾ ਉਹ ਲੋਦੇ ਮਾਪਿਓ ਮਰ ਗਏ ਬਾਅਦ ਆ ਕੁੜੀ ਹੋ ਗਈ ਮੰਮੇ ਨੂੰ ਪੋਤੇ ਦੀ ਉਡੀਕ ਸੀਗੀ ਬਸ ਇਸ ਗੱਲ ਪਿੱਛੇ ਬੋਲੀ ਜਾਂਦੀ ਨੇ ਮੰਮੀ ਦਾ ਸੁਹਾਇਆ ਜਾਂ ਤੂੰ ਨਾ ਟੈਨਸ਼ਨ ਲਿਆ ਕਰ ਇਸ ਗੱਲ ਜੀ ਫਿਰ ਤੁਸੀਂ ਸਮਝਾਈਓ ਮੰਮੇ ਨੂੰ ਕੀ ਸਮਝਾਵਾਂ ਸਮਝਦੀ ਨਹੀਂ ਫਿਰ ਵੀ ਤੁਸੀਂ ਮੰਮੀ ਨੂੰ ਸਮਝਾਈਓ ਜਦੋਂ ਦੀਦੀ ਨੂੰ ਬੋਲਦੇ ਨਾ ਮੈਨੂੰ ਜਮਾ ਨਹੀਂ ਚੰਗਾ ਲੱਗਦਾ ਜੇ ਆਪਣੀ ਕੁੜੀ ਹੋ ਗਈ ਫਿਰ ਵੀ ਮੰਮੀ ਮੈਨੂੰ ਐਵੇਂ ਬੋਲਿਆ ਕਰੂਗੀ ਉਹ ਤੂੰ ਕਿਉਂ ਇਹ ਜੀ ਭਾਖਿਆ ਘੜਦਿਆਂ ਮੂੰਹ ਚੋਂ ਤੈਨੂੰ ਪਤਾ ਨਾ ਬੇਬੇ ਕੁੜੀ ਨੂੰ ਦੇਖ ਕੇ ਜਮਾ ਨਹੀਂ ਰਾਜੀ ਤੂੰ ਸਿਰਫ ਮੁੰਡੇ ਬਾਰੇ ਸੋਚਿਆ ਕਰ ਨਾਲੇ ਐਵੇਂ ਨਹੀਂ ਬੋਲਦੀ ਬੇਬੇ ਬਿਨਾ ਗੱਲ ਤੋਂ ਜੀ ਸੋਚ ਨਾਲ ਕੁਝ ਨਹੀਂ ਹੁੰਦਾ ਉਹ 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 ਤਾਂ ਆਪਾਂ ਨੂੰ ਪਤਾ ਪਰ ਹੁਣ ਬੇਬੇ ਮੂਰੇ ਨਾ ਇਹ ਜੀ ਗੱਲ ਕਰਦੀ ਬਾਅਦ ਤੇਰੇ ਨਾਲ ਕਲੇਸ਼ ਪਾਉਗੀ ਬੇਬੇ ਚਲੋ ਠੀਕ ਹੈ ਜੀ ਤੁਸੀਂ ਲਿਓ ਸਮਾਨ ਹਲੇ ਤੂੰ ਨਾ ਬੜੀ ਟੈਨਸ਼ਨ ਲਿਆ ਕਰ ਉਹ ਵੱਡਾ ਵੀ ਤਾਂ ਗੱਲ ਕਰਦਾ ਹੀ ਹੁੰਦਾਗਾ ਸਮਝਾਉਣਾ ਹੁੰਦਾ ਬੇਬੇ ਨੂੰ ਜਦੋਂ ਬੇਬੇ ਉਹ ਤਾਂ ਨਹੀਂ ਸਮਝਦੀ ਫਿਰ ਆਪਾਂ ਕੀ ਬਾਲਾ ਸਮਝਾ ਦਾਂਗੇ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਚੱਲ ਲਿਆਉਣਾ ਮੈਂ ਚਾਹ ਪੀ ਕੇ ਸਮਾਨ ਮੈਨੂੰ ਦੱਸ ਦੇ ਕੀ ਕੀ ਲੈ ਕੇ ਆਉਣਾ ਲੈ ਭਣ ਐਨਾ ਸਮਾਨ ਲਿਆਉਣ ਦੀ ਕੀ ਲੋੜ ਸੀਗੀ ਲੈ ਭਣ ਜੀ ਫਿਰ ਕੀ ਹੋ ਗਿਆ ਆ ਵੀ ਧੀ ਵਾਸਤੇ ਲਿਆਏ ਆ ਆਪਾਂ ਕਿਹੜਾ ਕਿਸੇ ਨੂੰ ਦੇਣਾ ਨਹੀਂ ਉਹ ਤਾਂ ਗੱਲ ਠੀਕ ਹੈ ਚਲ ਖਾਲੀ ਹੱਥ ਆਇਆ ਥਾਇਾਂ ਦੇ ਮੇਲੇ ਜਾਂਦੇ ਸਾਨੂੰ ਤਾਂ ਇੰਨਾ ਹੀ ਬੋਸ ਸੀਗਾ ਨਹੀਂ ਨਹੀਂ ਭੈਣ ਜੀ ਮੂਰੇ ਤਿਹਾਰ ਆਉਣਾ ਹੁੰਦਾ ਲੋਹੜੀ ਦਾ ਲੋਹੜੀ ਦਾ ਸਮਾਨ ਲੈ ਕੇ ਆਏ ਆ ਉਹ ਤਾਂ ਗੱਲ ਠੀਕ ਆ ਭੋਣੇ ਮੈਂ ਤਾਂ ਹੀ ਕਹਿੰਦੀ ਸੀ ਵੀ ਬਾਹਲਾ ਹੀ ਖਰਚ ਕਰਤਾ ਤੁਸੀਂ ਕੋਈ ਗੱਲ ਨਹੀਂ ਭੈਣ ਜੀ ਖਰਚ ਨੂੰ ਕੀ ਐ ਧੀਆ ਦੇ ਦਿੱਤਾ ਕਿਤੇ ਦੁੱਖ ਦਾ ਨਹੀਂ ਹੁੰਦਾ ਕਹਿੰਦੇ ਹੁੰਦੇ ਆ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਚਲ ਪੁੱਤ ਆ ਰੱਖਿਆ ਸਮਾਨ ਅੰਦਰ ਹਾਂਜੀ ਮੰਮੀ ਕੋਈ ਗੱਲ ਨਹੀਂ ਮੰਮੀ ਮੈਂ ਰੱਖਿਆ ਹਣੀ ਐ ਇਹਨੂੰ ਗੱਲਾਂ ਕਰਨ ਦੇ ਲੈ ਕਿਹ ਤੂੰ ਕਿਉਂ ਰੱਖਿਆ ਹਣੀ ਐ ਨਾ ਤੇਰੇ ਮਾਪਿਆਂ ਨੇ ਭੇਜਿਆਗਾ ਇਹ ਇਹਦਾ ਸਮਾਨ ਅਗਲੀ ਆਪੇ ਸਭ ਲੂਗੀ ਉਹ ਨਹੀਂ ਨਹੀਂ ਵਾਸੀ ਜੀ ਅਜ ਤਾਂ ਦੋਨਾਂ ਖਾਤਰ ਲੈ ਕੇ ਆਏ ਆ ਆ ਵੱਡੀ ਭੈਣ ਖਾਤਰ ਵੀ ਲੈ ਕੇ ਆਇਆ ਮੈਂ ਤਾਂ ਤੇ ਹਰਪ੍ਰੀਤ ਖਾਤਰ ਵੀ ਇਹ ਦੋਨੇ ਭੈਣਾਂ ਦੀ ਲੋੜ ਹੀ ਆ ਨਾ ਨਾ ਪੁੱਤ ਤੈਨੂੰ ਕੀ ਲੋੜ ਸੀ ਇਹਦੇ ਵਾਸਤੇ ਖਰਚਾ ਕਰਨ ਦੀ ਹੈ ਆ ਇਹਦੀਆਂ ਲੋੜੀਆਂ ਲਿਆਉਂਦੀ ਨਾਲੇ ਵੀਰੇ ਇੰਨਾ ਖਰਚਾ ਕਰਨ ਤਾਂ ਲੋੜ ਹੀ ਨਹੀਂ ਸੀ ਤੂੰ ਹਰਪ੍ਰੀਤ ਅਸਤੇ ਲਿਆਉਂਦਾ ਸਮਾਨ ਉਹ ਨਹੀਂ ਨਹੀਂ ਭੈਣੇ ਖਰਚੀ ਵਾਲੀ ਕੀ ਗੱਲ ਆ ਹੈ ਭੈਣਾਂ ਕੋਲੇ ਕਿਹੜਾ ਰੋਜ ਆਈਦਾ ਕਦੇ ਤਿਥ ਤਿਹਾ ਨੂੰ ਤਾਂ ਆਉਣੇ ਆ ਨਾਲੇ ਕੀ ਇਹ 2-4000 ਨਾਲ ਕੋਠੀ ਪੈਜੂ ਹੈ ਉਹ ਮਾਂ ਇਹ ਮੋਹ ਪਿਆਰੀ ਹੁੰਦਾ ਮੈਂ ਤਾਂ ਇਹਨਾਂ ਦੀ ਸੋਚ ਨੂੰ ਸਲਾਮ ਕਰਦਾ ਵੀ ਇਹਨਾਂ ਨੇ ਮਨਿੰਦਰ ਨੂੰ ਵੀ ਹਰਪ੍ਰੀਤ ਉਹ ਵੀ ਤਾਂ ਗੱਲ ਆ ਬੇਬੇ ਤੈਨੂੰ ਮੈਂ ਕਿੰਨੇ ਆਰੀ ਸਮਝਾਇਆ ਵੀ ਜੋ ਰਿਸ਼ਤੇਦਾਰ ਆਏ ਬੈਠੇ ਹੁਣ ਉਹ ਤਾਂ ਨਾ ਬੋਲਿਆ ਕਰ ਉਹ ਤਾਂ ਟਿਕ ਜਾ ਕਰ ਉਹ ਮਾਸੀ ਜੀ ਤੁਸੀਂ ਹੁਣ ਆਪਦੀ ਸੋਚ ਨੂੰ ਬਦਲੋ ਹਰਪ੍ਰੀਤ ਮੈਨੂੰ ਦੱਸਦੀ ਹੁੰਦੀ ਆ ਜਦੋਂ ਫੋਨ ਕਰਦੀ ਆ ਵੀ ਤੁਸੀਂ ਮਨਿੰਦਰ ਨਾਲ ਕੀ ਕੁਸ਼ ਕਰਦੇ ਹੋ ਹੈ ਨਾਲੇ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਵੀ ਜੇ ਕੁੜੀਆਂ ਜੰਮੀਆਂ ਸਾਡੇ ਘਰਾਂ ਚ ਹੈ ਤਾਂ ਫੇਰ ਹੀ ਤੁਸੀਂ ਮੁੰਡੇ ਵਿਆਹੇ ਆ ਜੇ ਕੁੜੀਆਂ ਹੀ ਨਾ ਹੋਣਗੀਆਂ ਮੁੰਡੇ ਦੱਸੋ ਕਿੱਥੇ ਵਿਆਹਦੇ ਤੁਸੀਂ ਜੇ ਆਈਆਂ ਤਾਂ ਫੇਰ ਹੀ ਤੁਹਾਡਾ ਇੱਕ ਪਰਿਵਾਰ ਵਧਿਆਗਾ ਹਰ ਰੰਗ ਭਾਗ ਲੱਗਿਆ ਹੈ ਬਾਈ ਨਾਲੇ ਸਾਡੇ ਦੋਹਾਂ ਭਰਾਵਾਂ ਵਿੱਚ ਤਾਂ ਜਮਾਂ ਵੀ ਫਰਕ ਨਹੀਂ ਅਸ ਤਾਂ ਬਥ ਮਰੇ ਇਹ ਸਮਝਦੇ ਨਹੀਂ ਪਤਾ ਨਹੀਂ ਕਿਥੋਂ ਦੇ ਸੋਚ ਆ ਇਹਨਾਂ ਦੀ ਨਾ ਸੋਚ ਵਾਲੀ ਕੀ ਗੱਲ ਐ ਜਿੱਦਨ ਦੀ ਇਸ ਘਰ ਚ ਆਈ ਐ ਘਰ ਮੁੱਦਾ ਕਰਤਾ ਇਹਨੇ ਨਾ ਜੇ ਇਹਦਾ ਮਾਪਿਓ ਹੈ ਨਹੀਂ ਚਾਚੇ ਤਾਏ ਤਾਂ ਹੈ ਗਿਆ ਉਹਨਾਂ ਚੋਂ ਕਿਹੜਾ ਮਾਰ ਜੇ ਕਿਸੇ ਨੇ ਆ ਕੇ ਪੈਰ ਨਹੀਂ ਧਰਿਆ ਇੱਥੇ ਨਾਲੇ ਇਹ ਜੇ ਕੋਈ ਮੁੰਡਾ ਜਾਮ ਕੇ ਦੇ ਦਿੰਦੀ ਮੈਨੂੰ ਪੋਤਾ ਤਾਂ ਮੈਂ ਅਜ ਇਹਦੇ ਨਾਲ ਆ ਗੱਲਾਂ ਨਾ ਕਰਦੀ ਮਾਤਾ ਮੈਂ ਤੈਨੂੰ ਇੱਕ ਤੋਂ ਲਾ ਕੇ 100 ਵਾਰੀ ਕਹਤਾ ਹੁਣ ਮੈਂ ਵਿੱਚ ਬੋਲਦਾ ਤਾਂ ਸੋਣਾ ਨਹੀਂ ਲੱਗਦਾ ਵੱਡਿਆਂ ਦੇ ਪਰ ਤੂੰ ਮੇਰੀ ਧੀ ਰਹਿਣਾ ਮਗਰ ਕਿਉਂ ਪਈਆਂ ਕਿਉਂ ਰਾਤ ਨੂੰ ਉੱਠ ਉੱਠ ਖਾਂਦੀ ਆ ਓ ਮਾਸੀ ਜੀ ਜੇ ਸੋਨੂੰ ਆਇ ਲੱਗਦਾ ਨਾ ਵੀ ਕੋਈ ਨਾਲੇ ਮਨਿੰਦਰ ਮੇਰੀ ਗੱਲ ਸੁਣ ਲੈ ਜਦੋਂ ਹਰਪ੍ਰੀਤ ਆਇਆ ਕਰੂ ਨਾ ਉਦੋਂ ਤੂੰ ਇਹਦੇ ਨਾਲ ਆਇਆ ਕਰ ਠੀਕ ਆ ਅੱਜ ਤੋਂ ਅਸੀਂ ਤੇਰੇ ਮਾਪੇ ਪੇਕੇ ਆ ਤੂੰ ਆਏ ਨਾ ਸਮਝੀ ਵੀ ਤੇਰੇ ਕੋਈ ਮਗਰ ਮੂਰੇ ਹੈ ਨਹੀਂ ਹੋਰ ਮਾਂ ਅੱਜ ਤਾਂ ਤੂੰ ਭਾਬੀ ਨਾਲ ਐਵੇਂ ਕਰਦੀ ਐ ਸਵੇਰ ਨੂੰ ਜੇ ਸਾਡੀ ਕੁੜੀ ਹੋਗੀ ਪਰ ਸਾਡੇ ਨਾਲ ਵੀ ਐਵੇਂ ਕਰੇਗੀ ਇਹ ਕਨੇ ਦੇਖਿਆਗਾ ਵੀ ਸਾਡੇ ਕੁੜੀ ਹੋਣੀ ਆ ਕਿ ਮੁੰਡਾ ਹੋਣਾਗਾ ਆਹੋ ਹੁਣ ਤੁਸੀਂ ਵੀ ਇਹ ਸੁੱਖਾ ਸੁੱਖਣ ਲੱਗ ਜਾ ਵੀ ਕੁੜੀਆਂ ਹੁਣ ਪਹਿਲਾਂ ਇਹ ਲੱਗੀ ਰਹਿੰਦੀ ਸੀ ਮੇਰੇ ਕੁੜੀ ਹੋਵੇ ਕੁੜੀ ਹੋਵੇ ਉਹ ਆ ਗਿਆ ਪੱਥਰ ਹੁਣ ਤੁਸੀਂ ਲੱਗ ਜਾਓ ਉਹ ਮਾਸੀ ਜੀ ਆ ਤੁਸੀਂ ਆਪ ਦੇਖੋ ਜਦੋਂ ਆਪਾਂ ਤੇਲ ਸਿਰਦੇ ਆ ਉਦੋਂ ਆਪਾਂ ਕੀ ਕਹਨੇ ਆਂ ਵੀ ਸਾਡੀਆਂ ਬਰਾਇਆਂ ਮੱਚ ਜਾਣ ਤੇ ਸਾਡੇ ਚ ਚੰਗਿਆਈਆਂ ਹੁਣ ਜੇ ਆਪਾਂ ਉਹੀ ਬਰਾਇਆਂ ਲੈ ਕੇ ਆਦੇ ਧੀਆ ਪੁੱਤਾਂ 'ਚ ਹੀ ਫਰਕ ਕਰੀ ਗਏ ਫੇਰ ਦੱਸੋ ਇਹ ਜਿਹੇ ਧਿਆਰਾਂ ਦਾ ਕਰਨਾ ਕੀ ਆ ਉਹ ਸਹੀ ਗੱਲ ਆ ਭਾਈ ਤੇਰੀ ਇਹ ਤਾਂ ਹਜੇ ਪੁਰਾਣੇ ਰੀਤੀ ਰਿਵਾਜਾਂ 'ਚ ਤੁਰੇ ਫਿਰਦੇ ਆ ਇਹ ਤਾਂ ਹਜੇ ਉਹੀ ਮੁੰਡੇ ਕੁੜੀਆਂ ਵਾਲੀ ਦੁਨੀਆ 'ਚ ਤੁਰੇ ਫਿਰਦੇ ਆ ਪਹਿਲਾਂ ਵਾਲੀ 'ਚ ਇਹਨਾਂ ਨੂੰ ਕੋਈ ਧਿਆਰਾਂ ਤੁਰਾਂ ਦੇ ਨਾਲ ਨਹੀਂ ਕੋਈ ਮੋਹ ਪਿਆਰ ਦੇ ਨਾਲ ਨਹੀਂ ਇਹ ਲੋਕਾਂ ਨੂੰ ਤਾਂ ਬਸ ਕਲਾ ਲੈਣ ਦੇ ਨਾਲ ਆ ਵੀ ਉਧਰੋਂ ਚਾਰ ਛੂਟ ਦੇ ਤੇ ਉਧਰੋਂ ਚੀਜ਼ ਦੇਤੀ ਅਸੀਂ ਖਾਲੀ ਉਹ ਤੋਂ ਲੈ ਲਿਆ ਇਹ ਕੋਈ ਹੈ ਨਹੀਂਗਾ ਸਿਸਟਮ ਅੱਜਕੱਲ ਵਪਾਰ ਬ ਸਹੀ ਗੱਲ ਐ ਭੈਣ ਜੀ ਆਪਣੇ ਨਾਲ ਤਾਂ ਜਵਾਕਾਂ ਨੂੰ ਜ਼ਿਆਦਾ ਪਤਾ ਐ ਵੀ ਜਿਹੜੇ ਤਿਹਾਰ ਹੁੰਦੇ ਐ ਇਹ ਮੋਹ ਪਿਆਰ ਨਾਲ ਹੁੰਦੇ ਐ ਪਰਿਵਾਰ ਇਕੱਠਾ ਬਹਿ ਕੇ ਮਨਾਵੇ ਆ ਦੇਣ ਲੈਣ ਨਾਲ ਥੋੜਾ ਹੁੰਦੇ ਐ ਭੈਣ ਜੀ ਸੋਡੀ ਅਕਲ ਤੇ ਕੀ ਪੜਦਾ ਪੈ ਰਿਆ ਜੇ ਇਹਦੇ ਮਾਪਿਓ ਨਹੀਂ ਤੁਸੀਂ ਤਾਂ ਹੈਗੇ ਹੋ ਤੁਸੀਂ ਵੀ ਧੀਆ ਵਾਂਗੂ ਰੱਖੋ ਇਹਨੂੰ ਕਿੱਥੇ ਤੁਸੀਂ ਸਾਨੂੰ ਗੱਲਾਂ ਸਮਝਾਉਣੇ ਆ ਸੀ ਕਿਤੇ ਸਾਨੂੰ ਤੁਹਾਨੂੰ ਗੱਲਾਂ ਸਮਝਾਉਣੀਆਂ ਪੈ ਰੀਆਂ ਨੇ ਪਤਾ ਨਹੀਂ ਕਿਹੋ ਜਿਹਾ ਜ਼ਮਾਨਾ ਆਇਆ ਪਿਆ ਸਹੀ ਗੱਲ ਐ ਭੈਣ ਜੀ ਤੁਸੀਂ ਸਹੀ ਕਹਿੰਦੇ ਹੋ ਮੇਰੇ ਤੋਂ ਗਲਤੀ ਹੋਈ ਹੈਗੀ ਮਨਿੰਦਰ ਪੁੱਤ ਮੈਨੂੰ ਮਾਫ ਕਰਦੇ ਮੈਂ ਤੈਨੂੰ ਬਹੁਤ ਮੰਦਾ ਚੰਗਾ ਬੋਲਿਆ ਕੋਈ ਨਾ ਮੈਂ ਤਾਂ ਕਦੇ ਗੁੱਸਾ ਹੀ ਨਹੀਂ ਕੀਤਾ ਤੂੰ ਵੀ ਤਾਂ ਮੇਰੀ ਮਾਂ ਹੀ ਆ ਨਾਲ ਤੇਰੇ ਤੋਂ ਇਲਾਵਾ ਹੁਣ ਕੌਣ ਆ ਮੇਰੇ ਕੋਲ